ਸਾਡੇ ਵਿੱਚ ਸ਼੍ਰੀਮਾਨ ਮਿੱਤਰ ਸਿੰਘ ਮੀਤ, ਉਹ ਵੀ ਬਰਾਬਰ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਜ਼ਰੂਰ ਸਟੇਜ ਦੇ ਉੱਪਰ ਆ ਕੇ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕਰਨ। ਮਿੱਤਰ ਸਿੰਘ ਮੀਤ ਜਿਹੜੇ ਕਿ ਨਾਵਲਕਾਰ ਹੋਣ ਦੇ ਨਾਲ ਨਾਲ ਕਾਨੂੰਨ ਅਤੇ ਕਾਨੂੰਨ ਘਾੜਾ ਵੀ ਹਨ, ਅਤੇ ਇਹ ਆਉਣ ਵਾਲੇ ਵੀਕ ਜੋ ਪੰਜਾਬੀ ਦੀ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਵੀ ਆਪਣੇ ਵਿਚਾਰ ਦੱਸਣਗੇ। ਤਾਂ ਮੈਂ ਬੇਨਤੀ ਕਰਾਂਗਾ ਮਿੱਤਰ ਸਿੰਘ ਮੀਤ ਹੋਣਾ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਿਦਵਾਨ ਦੋਸਤੋ। ਮੈਂ ਕਾਨੂੰਨ ਦਾ ਵਿਦਿਆਰਥੀ ਹਾਂ, ਘਾੜਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ, ਔਰ ਉਸੇ ਚੀਜ਼ ਲਿਖਦਾ ਵੀ ਹਾਂ। ਬਚਪਨ ਤੋਂ ਲਿਖਣ ਲੱਗ ਗਿਆ ਸੀ, 45 ਸਾਲ ਤੋਂ ਲਿਖ ਰਿਹਾ ਲਗਾਤਾਰ। 4 ਨਾਵਲ ਨੇ, ਕਾਫੀ ਮਸ਼ਹੂਰ ਵੀ ਰਹੇ ਆ, ਸਿਲੇਬਸਾਂ 'ਚ ਵੀ ਲੱਗੇ ਰਹੇ ਆ। ਅਤੇ ਇਹ ਦੋਨਾਂ ਗੱਲਾਂ ਦੀ ਜਿਹੜੀ ਚਿੰਤਾ ਸੀ ਮੈਨੂੰ ਇਹ ਰਹੀ ਵੀ ਪੰਜਾਬੀ ਭਾਸ਼ਾ ਜਿਹੜੀ, ਜਿਵੇਂ ਪ੍ਰੈਸ ਸਾਹਿਬ ਨੇ ਦੱਸਿਆ ਵੀ ਸ਼ਬਦ ਦੇ ਵੀ ਦੋ ਤਰ੍ਹਾਂ ਦੇ ਅਰਥ ਨੇ, ਇੱਦਾਂ ਹੀ ਭਾਸ਼ਾ ਜਿਹੜੀ ਇਹਨੂੰ ਵੀ ਅਸੀਂ ਦੋ ਤਰ੍ਹਾਂ ਨਾਲ ਵਿਆਖਿਆ ਕਰ ਸਕਦੇ ਹਾਂ। ਇੱਕ ਅਸੀਂ ਧਾਰਮਿਕ ਐਂਗਲ ਤੋਂ ਕਹਿੰਦੇ ਹਾਂ, ਜਦੋਂ ਅਸੀਂ ਧਾਰਮਿਕ ਐਂਗਲ ਤੋਂ ਸੋਚਦੇ ਹਾਂ ਤਾਂ ਅਸੀਂ ਭਾਵੁਕ ਹੋ ਕੇ ਕਹਿੰਦੇ ਹਾਂ ਵੀ ਅਸੀਂ ਭਾਸ਼ਾ ਸਾਡੀ ਨਹੀਂ ਮੰਨ ਸਕਦੇ, ਕਿਉਂਕਿ ਇੰਨੇ ਸਿੱਖ ਇਸ ਭਾਸ਼ਾ ਦੇ ਉਪਾਸ਼ਕ ਨੇ, ਉਹਨਾਂ ਦਾ ਸਾਰਾ ਜਿਹੜਾ ਲਿਟਰੇਚਰ ਗ੍ਰੰਥ ਸਾਹਿਬ ਤੋਂ ਲੈ ਕੇ ਸਾਰਾ, ਉਹ ਪੰਜਾਬੀ ਚਾਹੇ ਗੁਰਮੁਖੀ ਚਾਹੇ ਨਹੀਂ ਮੰਨ ਸਕਦੀ ਕਿ ਹੈ। ਦੂਸਰਾ, ਜਦੋਂ ਅਸੀਂ ਪ੍ਰੈਕਟੀਕਲੀ ਦੇਖਦੇ ਹਾਂ, ਜਦੋਂ ਅਸੀਂ ਗਰਾਊਂਡ ਲੈਵਲ 'ਤੇ ਵਿਚਰਦੇ ਹਾਂ ਤਾਂ ਸਾਨੂੰ ਪੱਕਾ ਲੱਗਦਾ ਵੀ ਇਹ ਭਾਸ਼ਾ ਜਿਹੜੀ ਹੈਗੀ ਹੈ ਹੌਲੀ ਹੌਲੀ ਮਰ ਰਹੀ ਹੈ। ਤਾਂ ਇਸ ਦਾ ਜਿਹੜਾ ਸੀਗਾ ਇੱਕ ਯੂਨੈਸਕੋ ਦਾ ਗੱਲ ਚੱਲੀ, ਯੂਨੈਸਕੋ ਨੇ ਕਿਹਾ ਆਪਣੀ ਸਟੱਡੀ ਦੇ ਵਿੱਚ ਵੀ ਬਹੁਤ ਸਾਰੀਆਂ ਭਾਸ਼ਾਵਾਂ, ਇਕੱਲੀ ਪੰਜਾਬੀ ਨਹੀਂ, 40-45 ਭਾਸ਼ਾਵਾਂ ਉਹਨਾਂ ਨੇ ਆਪਣੇ ਫਾਰਮੂਲਿਆਂ ਦੇ ਆਧਾਰ 'ਤੇ ਉਹਨਾਂ ਦਾ ਵਿਆਖਿਆ ਕਰਕੇ, ਉਹਨਾਂ ਦਾ ਟੈਸਟ ਕਰਕੇ ਕਿਹਾ ਵੀ ਇਹ ਹੌਲੀ ਹੌਲੀ ਇਹ ਭਾਸ਼ਾਵਾਂ ਅਲੋਪ ਹੋ ਜਾਣਗੀਆਂ, ਔਰ ਉਹਨਾਂ 'ਚ ਉਹਨੇ ਇੱਕ ਪੰਜਾਬੀ ਵੀ ਕਹੀ। ਹੁਣ ਇੱਕ ਗੱਲ ਇਹ ਹੈ ਵੀ ਯੂਨੈਸਕੋ ਨੇ ਕਿਹਾ ਹੁਣ ਸੱਚ ਹੈ ਜਾਂ ਨਹੀਂ, ਇਹਦੇ ਬਾਰੇ ਵੀ ਕਿੰਤੂ ਪਰੰਤੂ ਚੱਲ ਪੈਂਦੇ ਆ। ਗੱਲ ਮੁੱਦੇ ਵੱਲ ਦੀ ਹੁੰਦੀ ਗੱਲ, ਜਿਵੇਂ ਸਾਡੇ ਸਿਆਸੀ ਲੀਡਰ ਹੈ, ਗੱਲ ਕੋਈ ਹੁੰਦੀ ਹੈ ਉਹ ਕਿੱਧਰ ਨੂੰ ਲਿਜਾ ਕੇ ਲੋਕਾਂ ਦਾ ਧਿਆਨ ਬਖੇੜਦੇ। ਹੁਣ ਦੂਜੇ ਪਾਸੇ ਇਹਦਾ ਜੇ ਸਰਚ ਕਰਨੀ ਸ਼ੁਰੂ ਕਰਤੀ ਵਿਦਵਾਨਾਂ ਨੇ ਵੀ ਕਿਹਾ ਕਿ ਨਹੀਂ ਕਿਹਾ ਯੂਨੈਸਕੋ ਨੇ, ਹੁਣ ਸਾਡੇ ਅਸੀਂ ਜਦੋਂ ਅਦਾਲਤਾਂ ਦੇਖਦੇ ਹਾਂ ਜਿੱਥੇ ਸਿੱਧਾ ਅਦਾਲਤਾਂ ਦੇ ਵਿੱਚ ਪੇਂਡੂ ਲੋਕਾਂ ਦਾ ਵਾਹ ਪੈਂਦਾ ਮੁਕੱਦਮੇਬਾਜ਼ੀ ਨਾਲ, ਉੱਥੋਂ ਦੀ ਗੱਲ ਜੋ ਅਸੀਂ ਦੇਖਦੇ ਹਾਂ, ਅਤੇ ਫਿਰ ਪੰਜਾਬੀ ਦੀ ਜੋ ਸਥਿਤੀ ਹੋ ਰਹੀ ਹੈ ਅੱਜ ਕੱਲ੍ਹ ਉਹਨੂੰ ਦੇਖਦੇ ਹਾਂ। ਧਾਰਮਿਕ ਤੋਂ ਛੱਡ ਕੇ ਗੱਲ ਕਰਦਾ ਕਿਉਂਕਿ ਮੈਂ ਉੱਧਰ ਮੇਰੀ ਸਟੱਡੀ ਨਹੀਂ ਹੈ, ਨਹੀਂ ਮੈਂ ਲਾਅ ਦੇ ਐਂਗਲ ਤੋਂ ਗੱਲ ਕਰਦਾ। ਤਾਂ ਸਾਨੂੰ ਲੱਗਦਾ ਵੀ ਇਹ ਗਈ ਭਾਸ਼ਾ, ਯੂਨੈਸਕੋ ਨੇ ਕਿਹਾ ਜਾਂ ਨਾ ਕਿਹਾ ਇਹ ਸਾਡਾ ਕੰਸਰਨ ਨਹੀਂ ਹੈ, ਕਿਹਾ ਹੁੰਦਾ ਤਾਂ ਵੀ ਵਧੀਆ ਗੱਲ, ਨਹੀਂ ਕਿਹਾ ਤਾਂ ਉਸ ਬਹਾਨੇ ਅਸੀਂ ਸੁਚੇਤ ਜ਼ਰੂਰ ਹੋ ਗਏ, ਸਾਨੂੰ ਵਾਰਨਿੰਗ ਮਿਲ ਗਈ। ਜਿਵੇਂ ਆਪਾਂ ਜਾਈਏ ਕੈਂਸਰ ਦਾ, ਕਈ ਵਾਰ ਡਾਕਟਰ ਕਹਿੰਦਾ ਯਾਰ ਮੈਨੂੰ ਲੱਗਦਾ ਵੀ ਠੀਕ ਨਹੀਂ ਹੋ ਰਿਹਾ, 6 ਮਹੀਨਿਆਂ ਤੋਂ ਇਹਨੂੰ ਕੈਂਸਰ ਨਾ ਹੋਵੇ, ਜਿਹੜੀ ਕੈਂਸਰ ਨਾ ਹੋਵੇ ਜਾਂ ਹੋਵੇ ਜਿਹੜੀ ਸਿਆਣੇ ਆ ਤਾਂ ਅਸੀਂ ਇਲਾਜ ਕਰ ਲਾਂਗੇ। ਕੈਂਸਰ ਬਾਰੇ ਕਿਹਾ ਜਾਂਦਾ ਵੀ ਜੇ ਪਹਿਲੀ ਸਟੇਜ 'ਤੇ ਪਤਾ ਲੱਗ ਜਾਏ ਤਾਂ ਜਲਦੀ ਇਲਾਜ ਹੋ ਜਾਂਦਾ, ਤੀਜੀ 'ਤੇ ਨਹੀਂ ਹੁੰਦਾ। ਤਾਂ ਸਾਨੂੰ ਇੱਕ ਪਤਾ ਲੱਗ ਗਿਆ, ਸਾਨੂੰ ਵਾਰਨਿੰਗ ਆ ਗਈ ਪੰਜਾਬੀਆਂ ਨੂੰ, ਚਾਹੇ ਯੂਨੈਸਕੋ ਨੇ ਦਿੱਤੀ ਚਾਹੇ ਕਿਸੇ ਹੋਰ ਨੇ ਦਿੱਤੀ, ਵੀ ਭਾਸ਼ਾ ਨੂੰ ਖਤਰਾ ਹੈ। ਔਰ ਸਾਡੀ ਇਹ ਸਿਆਣਪ ਹੈ ਪੰਜਾਬੀਆਂ ਦੀ ਵੀ ਅਸੀਂ ਉਸ ਘੰਟੀ ਨੂੰ ਸੁਣ ਲਿਆ, ਔਰ ਪਹਿਲੀ ਸਟੇਜ ਦੇ ਉੱਤੇ ਹੀ ਅਸੀਂ ਜਿਹੜੀ ਇਹਦਾ ਇਲਾਜ ਹੈ ਉਹ ਸ਼ੁਰੂ ਕਰ ਲਿਆ। ਕਿਉਂਕਿ ਮੈਂ ਲਿਖਦਾ ਅਤੇ ਮੇਰੀ ਵੀ ਇੱਛਾ ਹੁੰਦੀ ਹੈ ਵੀ ਮੈਂ ਅੰਗਰੇਜ਼ੀ 'ਚ ਵੀ ਲਿਖ ਸਕਦਾ, ਮੈਂ ਵਕੀਲ ਹਾਂ, ਪੰਜਾਬ ਯੂਨੀਵਰਸਿਟੀ ਕੈਂਪਸ 'ਚੋਂ ਪੜ੍ਹਿਆ, ਮੈਂ ਮੇਰੇ ਨਾਲ ਦੇ ਵੱਡੇ ਵੱਡੇ ਵਕੀਲ ਨੇ,
ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਆਪਣੇ ਖੈਰ ਸਾਹਿਬ ਪਹਿਲੇ ਸਿੱਖ ਚੀਫ ਜਸਟਿਸ ਨੇ, ਉਹ ਮੇਰੇ ਕਲਾਸ ਫੈਲੋ ਰਹੇ ਆ ਵੀ ਅਸੀਂ ਬੜਾ ਲੱਖਾਂ ਕਰੋੜਾਂ ਰੁਪਈਆ ਕਮਾ ਸਕਦੇ ਹਾਂ, ਅੰਗਰੇਜ਼ੀ 'ਚ ਲਿਖ ਸਕਦੇ ਹਾਂ ਨਾਵਲ, ਪਰ ਇੱਛਾ ਰਹੀ ਵੀ ਨਹੀਂ ਪੰਜਾਬੀ 'ਚ ਲਿਖਣਾ। ਕਿਉਂ? ਕਿਉਂਕਿ ਅਦਾਲਤਾਂ ਬਾਰੇ ਪੁਲਿਸ ਬਾਰੇ ਕਦੇ ਕਿਸੇ ਨੇ ਅੱਜ ਤੱਕ ਲਿਖਿਆ ਨਹੀਂ ਸੀ, ਇਕੱਲਾ ਪੰਜਾਬੀ 'ਚ ਹੀ ਨਹੀਂ ਹਿੰਦੀ 'ਚ ਵੀ ਔਰ ਭਾਰਤ ਦੀਆਂ ਕਿਸੇ ਵੀ ਭਾਸ਼ਾ ਦੇ ਵਿੱਚ ਇਸ ਸਬਜੈਕਟ ਦੇ ਉੱਤੇ ਲਿਖਿਆ ਨਹੀਂ ਗਿਆ। ਤਾਂ ਮੈਂ ਉਹ ਕਿਹਾ ਵੀ ਮੈਨੂੰ ਗਿਆਨ ਹੈ, ਕੁਦਰਤ ਨੇ ਲਿਖਣ ਦਾ ਇੱਕ ਤੋਹਫਾ ਦਿੱਤਾ ਹੋਇਆ, ਬਖਸ਼ਿਸ਼ ਕੀਤੀ ਹੋਈ ਹੈ, ਬਚਪਨ ਤੋਂ ਲਿਖ ਰਿਹਾ, ਇਹਦੇ ਉੱਤੇ ਲਿਖਣਾ, ਲੋਕਾਂ ਨੂੰ ਜਾਗਰਿਤ ਕਰਨਾ ਵੀ ਜਿਹੜਾ ਇਨਸਾਫ ਹੈ ਉਹ ਕੀ ਹੈ। ਤਾਂ ਮੈਂ ਲਿਖਿਆ, ਤੁਸੀਂ ਮਾਨਤਾ ਦਿੱਤੀ, ਵੱਡੇ ਵੱਡੇ ਅਵਾਰਡ ਵੀ ਦਿੱਤੇ, ਅਨੁਵਾਦ ਵੀ ਹੋਏ, ਅਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਲੱਗੇ, PhDਆਂ ਵੀ ਹੋਈਆਂ, ਮਾਨ ਮਿਲੇ। ਤਾਂ ਉਹ ਉਸ ਦੇ ਉੱਤੇ ਮੈਨੂੰ ਵੀ ਲੱਗਿਆ, ਮੈਂ ਵੀ ਇਹ ਗੱਲ ਫੜੀ ਵੀ ਜਿਹੜੀ ਪੰਜਾਬੀ ਭਾਸ਼ਾ ਕੀ ਇਹਨੂੰ ਖਤਰਾ ਹੈ ਕਿ ਨਹੀਂ ਹੈ, ਜੇ ਹੈ ਤਾਂ ਹੁਣ ਕੀ ਹੁੰਦਾ ਸਾਡੇ ਆਮ ਜੇ ਅਸੀਂ ਸਤਹੀ ਪੱਧਰ ਦੇ ਉੱਤੇ ਕੋਈ ਗੱਲ ਨੂੰ ਲੈਂਦੇ ਹਾਂ ਜੋ ਹੋ ਵੀ ਰਿਹਾ। ਇਸ ਚੀਜ਼ ਨੂੰ ਕੈਸ਼ ਬੜਾ ਕੀਤਾ ਜਾ ਰਿਹਾ ਵੀ ਸਾਡੀ ਪੰਜਾਬੀ ਭਾਸ਼ਾ ਨੂੰ ਖਤਰਾ, ਜਿਵੇਂ ਹੁੰਦਾ ਵੀ ਧਰਮ ਨੂੰ ਖਤਰਾ, ਇੱਦਾਂ ਹੀ ਪੰਜਾਬੀ ਭਾਸ਼ਾ ਦੇ ਖਤਰੇ ਦੇ ਨਾਂ 'ਤੇ ਵੱਡੀਆਂ ਵੱਡੀਆਂ ਸੰਸਥਾਵਾਂ ਸੈਮੀਨਾਰ ਕਰਦੀਆਂ, ਇੱਥੇ ਵੀ ਆਉਂਦੇ, UK 'ਚ ਵੀ ਜਾਂਦੇ, ਇੱਧਰ ਵੀ ਹੁੰਦੇ, ਕਾਨਫਰੰਸਾਂ ਹੁੰਦੀਆਂ, ਪਰ ਉਹ ਸਿਰਫ ਗੰਭੀਰਤਾ ਨਾਲ ਨਹੀਂ ਹੁੰਦੀਆਂ। ਉਤਲੀ ਜੀ ਸਤਾ ਦੀ ਗੱਲ ਕੀਤੀ, ਇਮੋਸ਼ਨਲ ਜਾਂ ਸਾਨੂੰ ਕੀਤਾ ਭਾਵਕ, ਅਤੇ ਉਹਦਾ ਫਾਇਦਾ ਉਠਾ ਕੇ ਆਪਦਾ ਨਾਂ ਖੱਟਗੇ ਅਤੇ ਗਾਹਾਂ ਗੱਲ ਉੱਥੇ ਦੀ ਉੱਥੇ। ਮੈਂ ਵੀ ਕਿਉਂਕਿ ਸਾਹਿਤਕ ਸੰਸਥਾਵਾਂ 'ਚ ਵੀ ਕੰਮ ਕਰਦਾ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਧਰਨੇ ਮਾਰਨ ਚਲੇ ਜਾਂਦੇ ਚੰਡੀਗੜ੍ਹ, ਵੀ ਪੰਜਾਬੀ ਭਾਸ਼ਾ ਲਾਗੂ ਕਰੋ, ਕਦੇ ਸੋਚ ਤਾਂ ਲਓ ਵੀ ਕਿੱਥੇ ਕਿੱਥੇ ਨੁਕਸ ਹੈ। ਹੁਣ ਅਸੀਂ ਕਿਉਂ ਡਾਇਗਨੋਸ ਕਰਾਉਣੇ ਹਾਂ, ਕਿਉਂ ਟੈਸਟ ਕਰਾਉਣੇ ਹਾਂ, ਡਾਕਟਰ ਨੂੰ ਕਿਉਂ ਨਹੀਂ ਕਹਿੰਦੇ ਵੀ ਸਿੱਧਾ ਤੂੰ ਦਵਾਈ ਲਿਆ, ਤੈਨੂੰ ਡਾਕਟਰ ਦੱਸਤਾ ਸੀ ਬਿਮਾਰੀ, ਕਿਉਂਕਿ ਅਸੀਂ ਡਾਇਗਨੋਸ ਕਰਨਾ ਵੀ ਕਿੱਥੇ ਆ। ਡਾਕਟਰ ਵੀ ਕਹਿੰਦਾ ਦੇਖ ਤਾਂ ਲਾਵਾਂ ਮੈਂ ਦਵਾਈ, ਤੈਨੂੰ ਕਾਹਦੀ ਦੇਵਾਂ, ਟੈਸਟ ਕਰਾ ਕੇ ਲਿਆ। ਤੁਸੀਂ ਦੇਖ ਤਾਂ ਲਓ ਪੰਜਾਬੀ 'ਚ ਭਾਸ਼ਾ ਨੂੰ ਖਤਰੇ ਕਿੱਥੇ ਹੈ। ਤਾਂ ਮੈਂ ਕਿਉਂਕਿ ਕਾਨੂੰਨ ਦਾ ਬੰਦਾ ਸੀਗਾ, ਮੈਂ ਜਿਹੜਾ ਦੇਖਿਆ ਜਿਹੜਾ ਰਾਜ ਭਾਸ਼ਾ ਐਕਟ ਬਣਿਆ ਸਾਡਾ 1967 ਦਾ ਇੱਕ ਕਾਨੂੰਨ ਹੈ ਜਿਹੜਾ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੰਦਾ। ਸਰ ਲਕਸ਼ਮਣ ਸਿੰਘ ਗਿੱਲ ਹੋਰਾਂ ਨੇ ਇਸ ਕਾਨੂੰਨ ਨੂੰ ਪਾਸ ਕੀਤਾ, ਔਰ ਪਾਸ ਕਰਨਾ ਉਹਨਾਂ ਦੀ ਵਡੱਤਰ ਨਹੀਂ ਸੀ ਕੋਈ, ਕਾਨੂੰਨ ਤਾਂ 1960 'ਚ ਵੀ ਬਣ ਗਿਆ ਸੀ ਪੰਜਾਬ 'ਚ, ਸਾਰੇ ਹਿੰਦੁਸਤਾਨ ਦੇ ਸਾਰੇ ਰਾਜਾਂ ਨੇ ਆਪਣੀ ਆਪਣੀ ਭਾਸ਼ਾ 'ਤੇ ਕਾਨੂੰਨ ਬਣਾਏ ਆ, ਔਰ 53-54 ਤੋਂ ਬਣੇ ਆ। ਉਹਨਾਂ ਦੀ ਖਾਸੀਅਤ ਇਹ ਸੀ ਵੀ ਉਹਨਾਂ ਨੇ ਇੱਕੋ ਦਿਨ 'ਚ ਕਾਨੂੰਨ ਬਣਾਇਆ, ਇੱਕੋ ਦਿਨ 'ਚ ਗਵਰਨਰ ਕੋਲ ਜਾ ਕੇ ਦਸਤਖਤ ਕਰਵਾ ਕੇ ਲਿਆਏ, ਅਤੇ ਫਿਰ ਫਟਾਫਟ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕੀਤਾ। ਲਾਗੂ ਹੀ ਨਹੀਂ ਕੀਤਾ, ਮੈਂ ਜਿਹੜੇ ਤੁਹਾਡੇ ਹੁਣ 2-4 ਦਿਨ ਗੱਲਾਂ ਕਰਾਂਗੇ ਉਹਦੇ ਤੁਹਾਨੂੰ ਸਾਰੇ ਸਬੂਤ ਵੀ ਦੇਊਂਗਾ, ਅਤੇ ਹੁਣ ਇੱਥੇ ਤਾਂ ਗੱਲਾਂ ਫਿਰ ਭਾਰੀ ਪੈ ਜਾਂਦੀਆਂ। ਉਹਨਾਂ ਨੇ ਉਸ 8 ਮਹੀਨੇ ਉਹਨਾਂ ਨੂੰ ਰਾਜ ਕਰਨ ਦਾ ਟਾਈਮ ਮਿਲਿਆ, 6 ਮਹੀਨੇ 'ਚ ਉਹਨਾਂ ਨੇ ਐਕਟ ਪਾਸ ਕੀਤੇ, 2 ਮਹੀਨੇ ਪਹਿਲਾਂ ਲਾ ਕੇ, 6 ਮਹੀਨਿਆਂ 'ਚ ਉਹਨੇ ਇੱਕ ਵੀ ਫਾਈਲ ਹੈ ਜਿਹੜੀ ਉਹਦੇ 'ਤੇ ਦਸਤਖਤ ਨਹੀਂ ਕੀਤੇ, ਜਿਹੜੇ ਪੰਜਾਬੀ ਦੇ ਵਿੱਚ ਫਾਈਲ ਤਿਆਰ ਨਹੀਂ ਸੀ। ਹੁਣ ਅਸੀਂ ਅੱਜ ਕੀ ਕਹਿ ਰਹੇ ਹਾਂ ਵੀ ਸਾਡੇ IAS ਅਫਸਰਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਸਾਡੇ IAS ਅਫਸਰ ਪੰਜਾਬੀ ਨਹੀਂ ਆਉਂਦੀ, ਉਹ ਸਾਡੀਆਂ ਫਾਈਲਾਂ ਨੂੰ ਕਿਵੇਂ ਪੜ੍ਹਨਗੇ? ਉਹ ਸਭ ਪੜ੍ਹਦੇ ਹੈ। ਜੇ ਬਿਹਾਰੀ ਆਪਾਂ ਪੰਜਾਬ ਦੇ ਵਿੱਚ ਜਾਂ UP ਵਾਲੇ ਆਉਂਦੇ ਹਾਂ ਤਾਂ ਅਸੀਂ ਉਹਨਾਂ ਨਾਲ ਪੰਜਾਬੀ 'ਚ ਨਹੀਂ ਗੱਲ ਕਰਦੇ, ਉਹਨਾਂ ਨੂੰ ਨਹੀਂ ਕਹਿੰਦੇ ਵੀ ਪੰਜਾਬੀ ਸਿੱਖ ਕੇ ਆ, ਉਹ ਜੇ ਪੰਜਾਬ 'ਚ ਆਉਣਾ ਅਸੀਂ ਲੱਗ ਜਾਂਦੇ ਹਾਂ ਪੁੱਠੀ ਸਿੱਧੀ ਜੀ ਹਿੰਦੀ ਬੋਲਣ, ਤੁਹਾਡੀ ਕਨੇਡਾ ਆਉਣ ਲਈ ਆਈਲੈਟ ਕਰਨੀ ਪੈਂਦੀ ਹੈ, ਸ਼ਰਤ ਹੈ ਇਹਨਾਂ ਮੁਲਕਾਂ ਦੀ ਜਾਂ ਹੋਰ ਵੀ, ਪਰ ਅਸੀਂ ਕਦੇ ਸ਼ਰਤ ਨਹੀਂ ਲਾਈ ਜੇ ਪੰਜਾਬ 'ਚ ਆਉਣਾ ਤਾਂ ਪੰਜਾਬੀ ਸਿੱਖ ਕੇ ਹੋ। ਲਕਸ਼ਮਣ ਸਿੰਘ ਗਿੱਲ ਹੋਰਾਂ ਦੀ ਵਡੱਤਰ ਸੀ, ਪਰ
ਕਿਉਂਕਿ 67 ਦੀ ਗੱਲ ਹੈ, ਉਹਨਾਂ ਨੇ ਕਿਸੇ ਵੀ ਸਰਕਾਰ ਨੂੰ ਅੱਜ ਦੋਸ਼ ਦੇਈਏ ਵੀ ਉਹਨਾਂ ਨੇ ਪੰਜਾਬੀ ਲਾਗੂ ਨਹੀਂ ਕੀਤੀ, ਇਹ ਵੀ ਇੱਕ ਬੇਵਕੂਫੀ ਹੈ, ਸਾਡੀ ਅਨਪੜ੍ਹਤਾ, ਸਾਡੀ ਸਰਚ ਕਮੀ ਹੈ। ਜਿਉਂ ਜਿਉਂ ਸਥਿਤੀ ਬਣਦੀ ਹੈ ਤਾਂ ਤਾਂ ਪੰਜਾਬੀ ਭਾਸ਼ਾ ਲਾਗੂ ਹੋਣੀ ਸੀ। ਤਾਮਿਲਨਾਡੂ ਹੈ ਸਭ ਤੋਂ ਇੱਕੋ ਇੱਕ ਸੂਬਾ ਹਿੰਦੁਸਤਾਨ ਦਾ ਜਿਸ ਨੇ ਆਪਣੀ ਸਭ ਤੋਂ ਵੱਧ ਤਾਮਿਲ ਭਾਸ਼ਾ ਦਾ ਸਨਮਾਨ ਕੀਤਾ। ਇੱਕੋ ਇੱਕ ਰਾਜ ਹੈ ਹਿੰਦੁਸਤਾਨ ਦਾ ਜਿਹਦੇ ਵਿੱਚ ਉਹਨਾਂ ਨੇ ਹਿੰਦੀ ਨੂੰ ਵੜ ਨਹੀਂ ਦਿੱਤਾ। ਉੱਥੇ ਦੋ ਹੀ ਭਾਸ਼ਾਵਾਂ, ਜਾਂ ਤਾਮਿਲ ਜਾਂ ਇੰਗਲਿਸ਼, ਇਕੱਲੀ ਸੋ ਇੱਕ। ਹੁਣ ਉਹ ਲੰਬੀਆਂ ਗੱਲਾਂ ਫਿਰ ਕਰਾਂਗੇ ਤਾਂ ਉਹਦੇ 'ਚ ਕੀ ਸੀਗਾ, ਮੈਂ ਵੀ ਦੇਖਿਆ ਵੀ ਕਿੱਥੇ ਪੰਜਾਬੀ ਨੂੰ ਨੁਕਸਾਨ ਕਿਵੇਂ ਹੋ ਰਿਹਾ, ਕਿਵੇਂ ਮਰ ਜੂਗੀ। ਕੋਈ ਵੀ ਭਾਸ਼ਾ ਉਨਾ ਚਿਰ ਵਿਕਸਿਤ ਨਹੀਂ ਹੁੰਦੀ, ਉਨਾ ਚਿਰ ਜਿਉਂਦੀ ਨਹੀਂ ਰਹਿੰਦੀ ਜਿੰਨਾ ਚਿਰ ਉਹਨੂੰ ਸਰਕਾਰੀ ਕਰਵਾਉਣੀ, ਇੱਕ ਤਾਂ ਨੌਕਰੀ ਦੇ ਲਈ ਸਾਧਨ ਨਾ ਬਣੇ, ਸਰਕਾਰ ਨੂੰ ਮਾਨਤਾ ਨਾ ਮਿਲੇ। ਮਾਨਤਾ ਦਾ ਮਤਲਬ ਹੈ ਉਹਨੂੰ ਸਰਕਾਰੀ ਨੌਕਰੀ ਦੇ ਵਿੱਚ ਜਗ੍ਹਾ ਨਾ ਹੋਵੇ, ਉਨਾ ਚਿਰ ਨਹੀਂ ਬਣ ਵੱਜਦੀ। ਦੂਜਾ, ਰੁਜ਼ਗਾਰ ਦੀ ਭਾਸ਼ਾ ਨਾ ਬਣੇ। ਜੇ ਰੁਜ਼ਗਾਰ ਹੀ ਨਹੀਂ ਦਿੰਦੀ ਭਾਸ਼ਾ, ਫਿਰ ਉਹ ਭਾਸ਼ਾ ਤੁਹਾਡੀ ਕਿਵੇਂ ਬਚੂਗੀ? ਤੀਜੀ, ਪਰਿਵਾਰ ਦੇ ਵਿੱਚ ਹੁੰਦਾ ਜੀ, ਪਰਿਵਾਰ ਨਾ ਸੰਭਾਲੇ ਉਹਨੂੰ। ਇਹ ਚੀਜ਼ਾਂ ਤਿੰਨੇ, ਸਰਕਾਰ, ਵਪਾਰ ਤੇ ਦਰਬਾਰ, ਪਰਿਵਾਰ, ਮੈਨੂੰ ਇਹ ਲੱਗਿਆ ਵੀ ਹੌਲੀ ਹੌਲੀ ਤਿੰਨਾਂ 'ਚੋਂ ਅਲੋਪ ਹੋ ਰਹੀ ਹੈ ਭਾਸ਼ਾ, ਇਹ ਜਾਏਗੀ। ਯੂਨੈਸਕੋ ਨੇ ਚਾਹੇ ਕਿਹਾ ਚਾਹੇ ਨਹੀਂ ਕਿਹਾ, ਪਰ ਖਤਰਾ ਹੈਗਾ। ਫਿਰ ਮੈਂ ਰਾਜ ਭਾਸ਼ਾ ਐਕਟ ਸੀ ਜਿਹੜੇ ਕਢਾਏ ਕਾਨੂੰਨ, ਸਾਰੀਆਂ ਸਟੇਟਾਂ ਦੇ ਮੈਂ ਪੜ੍ਹੇ ਆ, ਇੱਕ ਇੱਕ ਚੀਜ਼ ਨੂੰ ਗਹਿਰਾਈ ਨਾਲ ਦੇਖਿਆ, ਔਰ ਉਹਦੀਆਂ ਤੁਹਾਨੂੰ ਦੋ ਤਿੰਨ ਗੱਲਾਂ ਦੱਸਦਾ, ਕਿਉਂਕਿ ਲੰਬੀ ਗੱਲ ਨਹੀਂ ਮੈਂ ਲਿਜਾਂਦਾ, ਬਾਕੀ ਫਿਰ ਕਰਾਂਗੇ। ਹੁਣ ਕੀ ਹੈ ਰਾਜ ਭਾਸ਼ਾ ਦਾ ਕੀ ਮਤਲਬ ਹੈ? ਵੀ ਜਿਹੜੀ ਵਿਧਾਨ ਸਭਾ ਹੈ, ਤਿੰਨ ਹਿੱਸੇ ਹੁੰਦੇ ਆ ਸਰਕਾਰ ਦੇ ਕੰਮ ਕਰਨ ਦੇ। ਇੱਕ ਹੈਗਾ ਜਿਹੜਾ ਆਪਣੇ ਦਫ਼ਤਰਾਂ ਦੇ, ਜਿਹਨੂੰ ਅਸੀਂ ਪ੍ਰਸ਼ਾਸਨਿਕ ਦਫ਼ਤਰ ਕਹਿੰਦੇ ਹਾਂ, ਜਿਹੜੀ ਸਰਕਾਰ ਸਿੱਧੀ ਆਪਣੇ ਮੰਤਰੀਆਂ ਰਾਹੀਂ, ਆਪਣੇ ਅਫਸਰਾਂ ਰਾਹੀਂ ਕੰਮ ਕਰਦੀ ਹੈ। ਇੱਕ ਹੁੰਦੇ ਆ ਕਾਨੂੰਨ ਵਿਧਾਨ ਪਾਲਿਕਾ, ਜਿਹੜੀ ਆਪਣੀ ਵਿਧਾਨ ਸਭਾ ਹੈ ਉੱਥੇ ਕਾਨੂੰਨ ਬਣਦੇ ਆ, ਔਰ ਉਹਦੇ ਅੰਦਰ ਜਿਹੜੇ ਬਹਿਸਾਂ ਹੁੰਦੀਆਂ ਉਹ ਕਾਰਵਾਈ ਹੁੰਦੀ ਹੈ, ਅਤੇ ਤੀਜੀ ਅਦਾਲਤਾਂ ਦੀ ਕਾਰਵਾਈ। ਇਹ ਤਿੰਨੇ ਦੇ ਜਿਹੜੇ ਵਿੰਗ ਨੇ ਸਰਕਾਰ ਦੇ ਕੰਮ ਕਰਨ ਦੇ ਢੰਗ ਨੇ, ਉਹ ਤਿੰਨਾਂ ਦੇ ਵਿੱਚ ਜਿੰਨਾ ਚਿਰ ਕੋਈ ਰਾਜ ਭਾਸ਼ਾ ਲਾਗੂ ਨਹੀਂ ਹੁੰਦੀ, ਉਹਨਾਂ ਚਿਰ ਉਹ ਭਾਸ਼ਾ ਨੂੰ ਅਸੀਂ ਰਾਜ ਭਾਸ਼ਾ ਨਹੀਂ ਕਹਿ ਸਕਦੇ। ਹੁਣ ਸਾਡੀ ਪੰਜਾਬੀ ਦੀ ਹਾਲਤ ਦੇਖੋ ਕੀ ਹੈ। ਜਿਹੜਾ ਪ੍ਰਸ਼ਾਸਨਿਕ ਦਫ਼ਤਰ ਹੈ, ਤੁਸੀਂ ਤਾਂ ਸਾਰੇ ਪੰਜਾਬ ਦੇ ਹੋ, ਪਹਿਲੀ ਪੀੜ੍ਹੀ ਦੇ ਬੰਦੇ ਹੋ, ਹੁਣ ਵੀ ਜਾਂਦੇ ਹੋ, ਕੋਈ ਵੀ ਪ੍ਰਸ਼ਾਸਨਿਕ ਦਫ਼ਤਰ ਦਾ ਕੰਮ ਕੀ ਕਹਿੰਦੇ ਨੇ, ਇਹ ਸਾਡੀ ਰਾਜ ਭਾਸ਼ਾ ਐਕਟ ਕੀ ਕਹਿੰਦਾ, ਵੀ ਜਿਹੜੇ ਦਫ਼ਤਰਾਂ ਦੇ ਵਿੱਚ ਚਿੱਠੀ ਪੱਤਰ ਹੁੰਦਾ ਹੈ, ਜਿਹੜਾ ਇੱਕ ਦਫ਼ਤਰ ਡੀਸੀ ਤਹਿਸੀਲਦਾਰ ਨੂੰ ਚਿੱਠੀ ਲਿਖ ਰਿਹਾ, ਤਹਿਸੀਲਦਾਰ ਡੀਸੀ ਨੂੰ ਚਿੱਠੀ ਲਿਖ ਰਿਹਾ, ਉਹ ਚਿੱਠੀ ਪੱਤਰ ਹੈ ਜਿਹੜਾ ਉਹੀ ਪੰਜਾਬੀ 'ਚ ਹੋਣਾ ਚਾਹੀਦਾ, ਬਸ ਇਹ ਸਾਡੀ ਰਾਜ ਭਾਸ਼ਾ ਐਕਟ ਕਹਿੰਦਾ। ਜਦੋਂ ਕਿ ਹੋਣਾ ਕੀ ਚਾਹੀਦਾ ਵੀ ਸਾਰਾ ਕੰਮ ਪੰਜਾਬੀ ਦਾ, ਜਿਹੜਾ ਦਫ਼ਤਰਾਂ ਦਾ ਸਾਰਾ ਕੰਮ ਕਾਰ ਹੈ ਉਹ ਪੰਜਾਬੀ 'ਚ ਹੋਵੇ। ਕੀ ਕੰਮ ਕਾਰ? ਤੁਹਾਡੇ ਜਿਹੜੇ ਲਾਇਸੈਂਸ ਬਣਦੇ ਹੈ ਉਹ ਪੰਜਾਬੀ 'ਚ ਹੋਣ, ਤੁਹਾਡੀਆਂ RCG ਗੱਡੀਆਂ ਦੀਆਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹਨੂੰ RC ਕਹਿੰਦੇ ਉਹ ਪੰਜਾਬੀ 'ਚ ਬਣ, ਤੁਹਾਡੇ ਡਾਕਟਰਾਂ 'ਚ ਲਾਏ ਝਗੜੇ ਹੋ ਜਾਂਦੇ ਆ, ਮੈਡੀਕਲ ਡਾਕਟਰਾਂ ਦੀਆਂ ਬਣਦੀਆਂ ਰਿਪੋਰਟਾਂ, ਉਹ ਪੰਜਾਬੀ 'ਚ ਹੋਣ, ਤੁਹਾਨੂੰ ਪਤਾ ਲੱਗੇ ਵੀ ਕਿੱਥੇ ਸੱਟ ਵੱਜੀ ਹੈ। ਕੋਈ ਵੀ ਕੰਮ ਹੈ ਜਿਹੜਾ ਚਿੱਠੀ ਪੱਤਰ ਤੋਂ ਬਿਨਾਂ, ਉਹ ਕਾਨੂੰਨ ਕਹਿੰਦਾ ਕੋਈ ਜ਼ਰੂਰੀ ਨਹੀਂ ਹੈ, ਔਰ ਉਸ ਲਈ ਉਸ ਕਾਨੂੰਨ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਕੇ ਕੋਈ ਵੀ ਜਿਹੜਾ ਅਫਸਰ ਹੈ ਉਹ ਅੰਗਰੇਜ਼ੀ 'ਚ ਹੀ ਕੰਮ ਕਰਦਾ, ਪੰਜਾਬੀ 'ਚ ਕੰਮ ਕਰਨਾ ਉਹਨੂੰ ਚੰਗਾ ਨਹੀਂ ਲੱਗਦਾ। ਇੱਕ ਸੰਖੇਪ ਦੀਆਂ ਗੱਲਾਂ, ਡਿਟੇਲ 'ਚ ਫਿਰ ਗੱਲ ਕਰਾਂ। ਉੱਥੇ ਕੋਈ ਪੰਜਾਬੀ ਲਾਗੂ ਕਰਨੀ ਜ਼ਰੂਰੀ ਨਹੀਂ, ਅਤੇ ਜਦੋਂ ਪੰਜਾਬੀ ਦੀ ਉਹਨਾਂ ਦਾ ਅਸਰ ਕੀ ਪੈਂਦਾ, ਇੱਕ ਉਦਾਹਰਣ ਦਿੰਦਾ, ਜੇ ਕੋਈ ਸੇਲ ਟੈਕਸ ਦਾ ਵਪਾਰੀ ਹੈ, ਸੇਲ ਟੈਕਸ ਦਾ ਵਕੀਲ ਹੈ,
ਉਹਨੇ ਆਪਣੀ ਰਿਟਰਨ ਭਰਨੀ ਹੈ ਤਾਂ ਉਹਨੂੰ ਕੋਈ ਜ਼ਰੂਰੀ ਨਹੀਂ ਵੀ ਸੇਲ ਟੈਕਸ ਦਾ ਜਿਹੜਾ ਵਕੀਲ ਹੈ ਉਹ ਪੰਜਾਬੀ 'ਚ ਰਿਟਰਨ ਭਰੇ ਜਾਂ CA ਹੈ ਪੰਜਾਬੀ 'ਚ ਰਿਟਰਨ ਭਰੇ। ਉਹਦਾ ਅਸਰ ਕੀ ਪੈਂਦਾ, ਕਿਵੇਂ ਰੁਜ਼ਗਾਰ ਤੋਂ ਜਾਂਦੀ ਹੈ ਜਦੋਂ CA ਨੂੰ ਲੋੜ ਹੀ ਨਹੀਂ ਪੰਜਾਬੀ ਦੇ ਵਿੱਚ ਆਪਣੀ ਰਿਪੋਰਟ ਸਟੇਟਮੈਂਟ ਫਾਈਲ ਕਰਨ ਦੀ, ਤਾਂ ਫਿਰ ਉਹ ਪੰਜਾਬੀ 'ਚੋਂ ਕੱਢੂਗਾ, ਉਹਨੇ ਇੰਗਲਿਸ਼ 'ਚ ਹੀ ਬਣਾਉਣੀ ਹੁੰਦੀ ਦੇਣੀ। ਦੂਜੇ ਪਾਸੇ ਤੁਸੀਂ ਵੀ ਇੱਥੇ ਵਪਾਰ ਚਲਾਉਣੇ ਹੋ, ਮੇਰਾ ਵੀ ਤਜਰਬਾ ਹੈ ਵਪਾਰੀਆਂ ਨਾਲ, ਵਪਾਰ ਉਸ ਫੈਮਿਲੀ 'ਚੋਂ ਮੇਰੇ ਬੇਟੇ ਵੀ ਕੰਮ ਕਰਦੇ ਆ, ਉਨਾ ਚਿਰ ਕੋਈ ਵਪਾਰੀ ਕਿਸੇ ਆਪਦੀ ਰਿਟਰਨ 'ਤੇ ਦਸਤਖਤ ਨਹੀਂ ਕਰਦਾ ਜਿੰਨਾ ਚਿਰ ਉਹ ਮੋਟੀਆਂ ਮੋਟੀਆਂ ਗੱਲਾਂ ਨਹੀਂ ਦੇਖ ਲੈਂਦਾ ਵੀ ਇਹ 'ਚ ਕੀ ਲਿਖਿਆ, ਅੱਖਾਂ ਵਿੱਚ ਕੇ ਦਸਤਖਤ ਨਹੀਂ ਕਰਦਾ। ਜੇ ਕਰੂਗਾ ਤਾਂ ਫਿਰ ਵਪਾਰ ਨਹੀਂ ਚਲਾ ਸਕਦਾ। ਅਤੇ ਜਦੋਂ ਉਹਨੂੰ ਪਤਾ ਵਪਾਰੀ ਨੂੰ ਵੀ ਮੇਰੀ ਕਿਸੇ ਵੀ ਰਿਟਰਨ ਦੇ ਉੱਤੇ ਕਿਸੇ ਵੀ ਕਾਰਵਾਈ ਦੇ ਉੱਤੇ ਪੰਜਾਬੀ 'ਚ ਨਹੀਂ ਹੋਣੀ, ਤਾਂ ਫਿਰ ਮੈਂ ਅੰਗਰੇਜ਼ੀ ਉਹਨੂੰ ਪੜ੍ਹੂਗਾ, ਕਿਉਂ ਪੜ੍ਹੂਗਾ, ਟੱਕਰਾਂ 'ਚੋਂ ਮਰੂਗਾ, ਪੰਜਾਬੀ ਦੀਆਂ ਨਹੀਂ ਪੜ੍ਹਦਾ। ਰੁਜ਼ਗਾਰ 'ਚੋਂ ਗਈ, ਵਪਾਰ 'ਚੋਂ ਗਈ, ਅਤੇ ਤੁਹਾਡੇ ਸਰਕਾਰੀ ਦਫ਼ਤਰਾਂ 'ਚੋਂ ਗਈ, ਫਿਰ ਪੰਜਾਬੀ ਕਿੱਥੇ, ਕੌਣ ਪੜ੍ਹੇ, ਪਰਿਵਾਰ 'ਚੋਂ ਵੀ ਜਾਓ ਫਿਰ। ਹੁਣ ਅਸੀਂ ਕਹਿੰਦੇ ਅੰਗਰੇਜ਼ੀ ਪੜ੍ਹਦੇ ਸਾਡੇ ਬੱਚੇ, ਕਿਉਂ ਨਾ ਪੜ੍ਹਨ, ਮੈਂ ਇਹਨਾਂ ਨੂੰ ਜਵਾਬ ਪੁੱਛਦਾ ਹੁੰਦਾ, ਕਿਉਂ ਨਾ ਪੜ੍ਹਨ, ਪੰਜਾਬੀ ਤੁਹਾਡੀ ਸਰਕਾਰੀ ਦਫ਼ਤਰਾਂ 'ਚ ਬਿਲਕੁਲ ਲੋੜਦੀ ਹੈ। ਵਪਾਰ ਚਲਾਉਣ ਲਈ ਜਿਹੜਾ ਕੋਈ ਜਿਹੜੇ ਪ੍ਰੋਫੈਸ਼ਨਲ ਹੈ, CA ਹੈ, ਵਕੀਲ ਹੈ ਜਾਂ ਹੋਰ, ਉਹਨਾਂ ਨੂੰ ਕੋਈ ਲੋੜ ਨਹੀਂ ਹੈ, ਡਾਕਟਰਾਂ ਨੂੰ ਕੋਈ ਲੋੜ ਨਹੀਂ ਪੰਜਾਬੀ ਪੜ੍ਹਨ ਦੀ, ਫਿਰ ਕਿਉਂ ਪੜ੍ਹਨ ਪੰਜਾਬੀ ਵਿੱਚ ਲੋਕ, ਕਿਉਂ ਨਾ ਅੰਗਰੇਜ਼ੀ ਪੜ੍ਹਨ। ਦੂਜੀ ਗੱਲ ਅਗਲੀ ਗੱਲ, ਬਾਕੀ ਫਿਰ ਡਿਟੇਲ 'ਚ ਨਹੀਂ ਜਾਂਦੇ। ਦੂਜੀ ਗੱਲ ਆ ਗਈ ਕਾਨੂੰਨ ਦੀ ਗੱਲ, ਸਾਡਾ ਜਿੰਨਾ ਕਾਨੂੰਨ ਹੈ ਸਾਰਾ ਅੰਗਰੇਜ਼ੀ 'ਚ ਬਣ ਰਿਹਾ ਅੱਜ ਵੀ। ਹੁਣ ਅੰਗਰੇਜ਼ੀ 'ਚ ਕਾਨੂੰਨ ਬਣਦਾ ਕੀ ਮਤਲਬ ਹੈ, ਕਾਨੂੰਨ ਦੇ ਦੋ ਮਕਸਦ ਪੰਜਾਬੀ 'ਚ ਬਣ ਰਹੇ, ਇੱਕ ਤਾਂ ਜਿਹੜੇ ਤੁਹਾਡੇ ਲੋਕ ਆਮ ਲੋਕ ਆ ਉਹਨਾਂ ਨੂੰ ਸਮਝ ਆਵੇ ਵੀ ਸਾਡਾ ਕਾਨੂੰਨ ਕੀ ਕਹਿੰਦਾ। ਦੂਜਾ, ਜੇ ਅਸੀਂ ਅਦਾਲਤਾਂ ਦੇ ਵਿੱਚ ਪੰਜਾਬੀ 'ਚ ਕੰਮ ਕਰਨਾ, ਉਹਦੀ ਸਮੱਗਰੀ ਤਾਂ ਦੇਵਾਂਗੇ ਕਿ ਨਹੀਂ, ਉਹ ਸਮੱਗਰੀ ਕਾਨੂੰਨ ਹੈ ਪੰਜਾਬੀ ਦਾ, ਜਿੰਨਾ ਚਿਰ ਪੰਜਾਬੀ 'ਚ ਕਾਨੂੰਨ ਨਹੀਂ ਜੱਜ ਕੀ ਕਰੂਗਾ। ਉਹ ਵੀ ਸਾਡਾ ਕਾਨੂੰਨ ਕੀ ਕਹਿੰਦਾ ਹੈ। ਹੁਣ ਅਸੀਂ ਕਈ ਵਾਰ ਕੇਂਦਰ ਸਰਕਾਰ ਨੂੰ ਗਾਲਾਂ ਕੱਢ ਦਿੰਦੇ ਹਾਂ, ਇੱਕ ਸੌਖਾ ਜਿਹਾ ਲੀਡਰਾਂ ਨੇ ਫੜਿਆ ਹੋਇਆ ਵੀ ਕੇਂਦਰ ਸਰਕਾਰ ਨਹੀਂ ਕਰਦੀ, ਕੇਂਦਰ ਸਰਕਾਰ ਡਿੱਕਾ ਲਾਉਂਦੀ ਹੈ। ਇੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 2015 'ਚ ਕੀਤੀ ਭਾਸ਼ਾ 'ਤੇ, ਉਦੋਂ ਇੱਕ ਬਹੁਤ ਵੱਡਾ ਸਿਆਣਾ ਵਿਦਵਾਨ ਆ ਕੇ ਇਹ ਕਹਿ ਗਿਆ ਵੀ ਸਾਡਾ ਸੰਵਿਧਾਨ ਡਿੱਕਾ ਲਾਉਂਦਾ। ਮੈਨੂੰ ਫਿਕਰ ਹੋਇਆ ਵੀ ਸੰਵਿਧਾਨ ਤਾਂ ਅਸੀਂ ਪੜ੍ਹਿਆ, ਸਾਰਾ ਪੜ੍ਹਿਆ, ਅਤੇ ਮੈਂ ਅਗਲੇ ਦਿਨ ਪੜ੍ਹ ਕੇ ਸਾਰਾ ਦੇਖਿਆ, ਔਰ ਮੈਨੂੰ ਪਹਿਲਾਂ ਹੀ ਪਤਾ ਸੀ, ਫਿਰ ਮੈਂ ਉਹ ਦੁਬਾਰਾ ਦੇਖਿਆ ਵੀ ਸੰਵਿਧਾਨ ਤਾਂ ਸਪੋਰਟ ਕਰਦਾ, ਉਹ ਤਾਂ ਕਹਿੰਦਾ ਵੀ ਸਾਰੀਆਂ ਜਿਹੜੀਆਂ ਰੀਜਨਲ ਭਾਸ਼ਾਵਾਂ ਨੇ ਉਹਦੇ ਵਿੱਚ ਕੰਮ ਹੋਵੇ, ਆਪਣੀ ਆਪਣੀ ਸਟੇਟ ਕਰੇ। ਮੈਂ ਉਹਨੂੰ ਫੋਨ ਕੀਤਾ ਵੀ ਤੁਸੀਂ ਇਹ ਗੱਲ ਕਹਿ ਕੇ ਮੇਰਾ ਗਿਆਨ ਵਾਧਾ ਕਰੋ, ਮੈਨੂੰ ਤਾਂ ਲੱਭਿਆ ਨਹੀਂ, ਕਿਤੇ ਪਹਿਲਾਂ ਵੀ ਨਹੀਂ ਲੱਭਿਆ, ਕਿਤੇ ਅੱਜ ਵੀ ਨਹੀਂ ਲੱਭਿਆ, ਉਹ ਗੱਲ ਗੋਲ ਗੋਲ ਕਰ। ਕੋਈ ਕੇਂਦਰ ਦਾ ਕਾਨੂੰਨ, ਕੋਈ ਸੰਵਿਧਾਨ ਇਹ ਨਹੀਂ ਕਹਿੰਦਾ ਵੀ ਰਾਜ ਭਾਸ਼ਾ ਦੇ ਵਿੱਚ ਅਦਾਲਤੀ ਕੰਮਕਾਜ ਨਾ ਹੋਵੇ, ਬਲਕਿ ਉਹ ਕਹਿੰਦੇ ਨੇ ਵੀ ਜਿਹੜਾ ਜ਼ਿਲ੍ਹਾ ਲੈਵਲ ਦੀਆਂ ਕਚਹਿਰੀਆਂ ਘੱਟੋ ਘੱਟ, ਜਿੱਥੇ ਸੈਸ਼ਨ ਜੱਜ ਸਾਰਾ ਕੰਮ ਨਿਬੜ ਜਾਂਦਾ ਆਪਣਾ, ਜਿਹੜਾ ਲਿਟੀਗੇਸ਼ਨ ਆਪਣੀ ਆ ਜਾਂ ਮਜਿਸਟਰੇਟਾਂ 'ਤੇ ਚੱਲਦੀ ਹੈ, ਸੈਸ਼ਨ ਜੱਜ 'ਤੇ ਚੱਲਦੀ ਹੈ, ਹਾਈ ਕੋਰਟ 'ਚ ਤਾਂ ਵਕੀਲਾਂ ਦਾ ਕੰਮ ਰਹਿ ਜਾਂਦਾ, ਉਹ ਸਾਰਾ ਕੰਮ ਅੰਗਰੇਜ਼ੀ 'ਚ ਅੱਜ ਤੱਕ ਚੱਲ ਰਿਹਾ। ਅਸੀਂ ਜ਼ੋਰ ਪਾਇਆ ਉਦੋਂ, ਤੁਸੀਂ ਲੋਕਾਂ ਨੇ ਜ਼ੋਰ ਪਾਇਆ, ਗੌਰਮੈਂਟ ਨੇ, ਪੰਜਾਬ ਗੌਰਮੈਂਟ ਨੇ 2008 ਦੇ ਵਿੱਚ ਸੋਧ ਕੀਤੀ ਪੁਰਾਣੇ ਕਾਨੂੰਨ 'ਚ ਵੀ ਹੁਣ ਅਦਾਲਤਾਂ ਦਾ ਕੰਮ ਕਾਰ ਹੈ ਜਿਹੜਾ ਜ਼ਿਲ੍ਹਾ ਅਦਾਲਤਾਂ ਦਾ ਉਹ ਪੰਜਾਬੀ 'ਚ ਹੋਇਆ ਕਰੂਗਾ। 10 ਸਾਲ ਹੋ ਗਏ, ਹਾਈ ਕੋਰਟ ਮੰਨ ਗਿਆ, ਜਿਹਨੇ ਨਹੀਂ ਮੰਨਣਾ ਸੀ ਉਹ ਮੰਨ ਗਿਆ, ਕਹਿੰਦੇ ਲਿਆਓ ਪੰਜਾਬੀ ਸਾਨੂੰ ਅਨੁਵਾਦਕ ਵਗੈਰਾ ਦੇ ਦਿਓ, 1500 ਬੰਦਾ ਮੰਨਿਆ ਸਾਰਾ ਉਹਨਾਂ ਨੇ, ਸਾਰੇ ਪੰਜਾਬ 'ਚ ਲਾਗੂ ਕਰੇ 1500 ਤੁਸੀਂ ਬੰਦਾ ਦੇ ਦਿਓ। ਇਹ ਲਿਖਤੀ ਗੱਲਾਂ, ਹੁਣ ਮੈਂ ਦਿਖਾਊਂਗਾ, ਮੇਰੇ ਕੋਲ ਰਿਕਾਰਡ ਲੈ ਕੇ ਆਇਆ ਸਾਰਾ,
ਚਿੱਠੀ ਪੱਤਰ ਕੀਤਾ ਹਾਈ ਕੋਰਟ ਲਈ 1500 ਬੰਦਾ ਭਰਤੀ ਕਰ ਦਿਓ ਤੇ ਅਸੀਂ ਤੁਹਾਨੂੰ ਪੰਜਾਬੀ ਲਾਗੂ ਕਰ ਦਿੰਦੇ। ਸਰਕਾਰ ਨੇ ਇੱਧਰ ਉੱਧਰ ਚਿੱਠੀਆਂ ਪਾ ਪੂ ਕੇ ਰੌਲਾ ਪਾਈ ਜਾਂਦੀ ਹੈ, 1500 ਬੰਦਾ ਨਹੀਂ ਦਿੱਤਾ। ਨਤੀਜਾ ਕੀ ਹੈ ਵੀ ਅੱਜ ਤੱਕ ਪੰਜਾਬੀ ਲਾਗੂ ਨਹੀਂ ਹੋਈ। ਹੁਣੇ ਜਿਵੇਂ ਮੈਂ ਕਿਹਾ ਰੁਜ਼ਗਾਰ ਚੋਂ ਕਿਵੇਂ ਜਾਂਦੀ ਹੈ, ਜੇ 1500 ਬੰਦਾ ਗੌਰਮੈਂਟ ਭਰਤੀ ਕਰੇ ਉਹ 1500 ਕਿਹੜਾ ਹੋਊਗਾ ਜਿਹੜਾ ਪੰਜਾਬੀ ਦਾ ਜਾਣਕਾਰ ਹੈ, ਜਿਹਨੂੰ ਅਨੁਵਾਦ ਕਰਨਾ ਆਉਂਦਾ, ਜਿਹਨੇ ਸਟੈਨੋਗ੍ਰਾਫੀ ਪੰਜਾਬੀ ਸਿੱਖੀ ਹੈ, ਜਿਹਨੇ ਅੱਗੇ ਅਦਾਲਤੀ ਕੰਮ ਕਾਰ ਸਾਰਾ ਜੱਜਾਂ ਦਾ ਜਿਹੜਾ ਬਾਕੀ ਕੰਮ ਹੈ ਉਹ ਪੰਜਾਬੀ 'ਚ ਕਰਨਾ, ਉਹ ਦਿੱਤਾ ਨਹੀਂ, ਕੰਮ ਉੱਥੇ ਕਿਹੜਾ ਅਦਾਲਤਾਂ 'ਚ ਲਾਗੂ ਨਹੀਂ ਹੁੰਦਾ, ਬੇਰੁਜ਼ਗਾਰੀ ਵੱਧ ਰਹੀ ਹੈ, ਇੱਦਾਂ ਪੰਜਾਬੀ ਮਰੂਗੀ? ਰੁਜ਼ਗਾਰ 'ਚ ਇੱਦਾਂ ਜਾਂਦੀ ਹੈ ਜਦੋਂ ਸਾਨੂੰ ਪੋਸਟਾਂ ਨਹੀਂ ਭਰਦੀਆਂ ਪੰਜਾਬੀ ਦੀਆਂ, ਉਹ ਉੱਥੇ ਕੰਮ ਖੜਾ। ਦੂਜੇ ਪਾਸੇ ਹੁਣ ਆਪਾਂ ਬਹੁਤੇ ਸਾਰੀਆਂ ਸਟੇਟਾਂ ਨੂੰ ਦੱਸ ਸਕਦਾ, ਇੱਕ ਦੀ ਗੱਲ ਕਰਦਾ ਵੀ ਯੂਪੀ ਸਰਕਾਰ ਨੇ ਹੌਲੀ ਹੌਲੀ ਕਰਕੇ ਸਾਰਾ ਕੰਮ ਕਾਰ ਜ਼ਿਲ੍ਹਾ ਅਦਾਲਤਾਂ ਦਾ ਹੀ ਨਹੀਂ, ਸਾਰਾ ਹਾਈ ਕੋਰਟ ਦਾ ਕੰਮ ਹੈ, ਜਿਹੜਾ ਮੱਧ ਪ੍ਰਦੇਸ਼, ਰਾਜਸਥਾਨ, ਚਾਰ ਸਟੇਟਾਂ ਨੇ, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਯੂਪੀ, ਇਹ ਚਾਰਾਂ ਦੇ ਵਿੱਚ ਹਾਈ ਕੋਰਟ ਦੇ ਜਿਹੜੇ ਫੈਸਲੇ ਹੈ ਇਹ ਪੰਜਾਬੀ 'ਚ ਹਿੰਦੀ 'ਚ ਆਉਂਦੇ ਹੈ। ਸਾਡਾ ਹਲੇ ਪਹਿਲੀ ਤਰੀਕ ਪਹਿਲਾਂ ਹੀ ਕੰਮ ਸਟੈਪ ਨਹੀਂ ਲਿਆ ਸੀ। 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, 51 ਸਾਲ ਹੋ ਗਏ ਪੰਜਾਬੀ ਸੂਬਾ ਬਣੇ। ਹੁਣ ਇਹਨਾਂ ਪੇਂਡੂ ਲੋਕਾਂ ਦੀ ਲੋੜ ਹੈ, ਲੁਧਿਆਣੇ ਵਾਲਿਆਂ ਨੂੰ ਲੋੜ ਨਹੀਂ ਹੈ ਜਲੰਧਰ ਵਾਲਿਆਂ ਨੂੰ ਪੰਜਾਬੀ 'ਚ ਕਾਨੂੰਨ ਆਉਣ ਦੀ, ਉਹਨਾਂ ਨੂੰ ਤਾਂ ਆਉਂਦੀ ਹੈ ਅੰਗਰੇਜ਼ੀ। ਪਿੰਡਾਂ ਵਾਲਿਆਂ ਨੂੰ ਲੋੜ ਹੈ ਵੀ ਉਹਨਾਂ ਨੂੰ ਇਨਸਾਫ ਹੈ ਜਿਹੜਾ ਉਹ ਪੰਜਾਬੀ 'ਚ ਮਿਲੇ। ਮੈਂ ਦੇਖਿਆ ਮੈਂ ਪਿੰਡਾਂ 'ਚ ਰਾਮਪੁਰੇ ਫੂਲ ਤੱਕ, ਉਹ ਜਿਹੜਾ ਥੱਲੇ ਤੋਂ ਬੈਕਵਰਡ ਤੋਂ ਬੈਕਵਰਡ ਏਰੀਆ 'ਚ ਰਿਹਾ ਲੁਧਿਆਣੇ, ਮੇਰੀ 20 ਸਾਲ ਦੀ ਸਰਵਿਸ ਹੈ। ਕਈ ਵਾਰ ਵਕੀਲ ਵੀ ਗਲਤ ਸਮਝ ਜਾਂਦੇ ਆ, ਲੁਧਿਆਣੇ ਵਾਲਾ ਕੋਲ ਪਾਰਟੀ ਹੱਥ ਫੜ ਲੈਂਦੀ ਹੈ ਵਕੀਲ ਦਾ ਵੀ ਆਹ ਗਲਤ ਹੈ, ਕਿਉਂਕਿ ਉਹਨੂੰ ਅੰਗਰੇਜ਼ੀ ਸਮਝ ਆਉਂਦੀ ਹੈ। ਪਿੰਡ ਵਾਲੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਚਾਹੇ ਬੰਦਾ ਇਹ ਕਹਿੰਦੇ ਵੀ ਹਾਂ ਮੇਰੇ ਬੰਦੇ ਨੇ ਕਤਲ ਕੀਤਾ, ਕਤਲ ਦੇ ਬਚਾਉਣ ਵਾਲੇ ਦਾ ਵਕੀਲ ਜੇ ਕਤਲ ਕਹਿੰਦੇ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ, ਇਹੋ ਜਿਹੀਆਂ ਕਾਰਵਾਈਆਂ ਉਹ ਨਹੀਂ ਲਾਗੂ ਕੀਤੀ ਪੰਜਾਬੀ। ਜੇ ਪੰਜਾਬੀ ਲਾਗੂ ਹੋਵੇ, ਸ਼ੋਰ 'ਤੇ ਗੱਲ ਕਰਦੇ ਹਾਂ ਤਾਂ ਵਕੀਲ ਪੰਜਾਬੀ ਪੜ੍ਹਨਗੇ। ਹੁਣ ਆਪਣੇ ਮੁੰਡੇ ਕਿਉਂ ਇੱਧਰ ਨੂੰ ਭੱਜਦੇ ਆ ਕੈਨੇਡਾ ਨੂੰ, ਕਿਉਂਕਿ ਸਕੂਲਾਂ 'ਚ ਪੰਜਾਬੀ ਹੈ ਨਹੀਂ, ਅੰਗਰੇਜ਼ੀ ਵਧੀਆ ਪੜ੍ਹਾਈ ਨਹੀਂ ਜਾਂਦੀ, ਅੰਗਰੇਜ਼ੀ ਉਹਨਾਂ ਨੂੰ ਆਉਂਦੀ ਨਹੀਂ, ਲਾਅ ਵਧੀਆ ਕਰ ਨਹੀਂ ਸਕਦੇ। ਇੱਕ ਐਗਜ਼ਾਮਪਲ ਲੈਣਾ, ਵਕਾਲਤ ਸਟੈਬਲਿਸ਼ ਨਹੀਂ ਹੁੰਦੇ, ਜਿਹੜੇ ਘਰੇ ਆਉਂਦੇ ਵਿਚਾਰੇ ਐਫੀਡੈਵਿਟ ਟੈਸਟ ਕਰਦੇ ਰਹਿ ਜਾਂਦੇ ਆ, ਅੰਗਰੇਜ਼ੀ ਦੇ ਜਿਹੜੇ ਸਕੂਲਾਂ ਦੇ ਪੜ੍ਹੇ ਹੋਏ ਜੱਜਾਂ ਦੇ ਮੁੰਡੇ ਉਹਨਾਂ ਨੂੰ ਮਾਰਦੇ ਹੁੰਦੇ। ਜੇ ਪੰਜਾਬੀ 'ਚ ਹੋ ਜੇ, ਸਾਡੇ ਵਰਗੇ ਜਿਹੜੇ ਮੁੰਡੇ ਪਿੰਡਾਂ ਦੇ ਤੁਹਾਡੇ, ਉਹ ਵਧੀਆ ਵਕੀਲ ਬਣਨ, ਕਿਉਂਕਿ ਆਪਣੀ ਭਾਸ਼ਾ ਦੇ ਵਿੱਚ ਹਰ ਕੰਮ ਆ ਜਿਹੜਾ ਬਹੁਤ ਵਧੀਆ ਹੁੰਦਾ, ਉਹ ਨਹੀਂ ਕਰ ਸਕੇ। ਬੇਰੁਜ਼ਗਾਰੀ ਐਂ ਵੱਧਦੀ ਹੈ, ਇਹ ਵਪਾਰ 'ਚ ਉੱਡਦੀ ਹੈ, ਇਹ ਸਰਕਾਰੀ ਦਰਬਾਰੇ ਉੱਡਦੀ ਹੈ। ਤਿੰਨੇ ਜਿਹੜੀਆਂ ਗੱਲਾਂ ਨੇ ਇਹਦੇ 'ਚੋਂ ਇਹ ਪੰਜਾਬੀ ਲੋਪ ਹੈ। ਹੁਣ ਇੱਕ ਗੱਲ ਹੋਰ ਕਰਕੇ ਮੈਂ ਗੱਲ ਖਤਮ ਕਰਦਾ, ਹੁਣ ਸਕੂਲਾਂ ਦੇ ਵਿੱਚ ਜਿਹੜਾ ਮਾਧਿਅਮ ਹੈ ਉਹ ਵੀ ਪੰਜਾਬੀ 'ਚੋਂ ਹਟਾਈ ਜਾਂਦੇ। ਪਹਿਲੀ ਗੱਲ ਤਾਂ ਸਰਕਾਰੀ ਸਕੂਲਾਂ 'ਚੋਂ ਪੰਜਾਬ ਆਪਣੀ ਪੜ੍ਹਾਈ ਹੀ ਖਤਮ ਕਰਤੀ ਸਰਕਾਰ ਨੇ, ਉੱਥੇ ਸਟੈਂਡਰਡ ਹੀ ਨਹੀਂ ਰਿਹਾ। ਹੁਣ ਤੁਸੀਂ ਸਾਰੇ ਲੋਕ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਹੋ, ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਹਾਂ ਪਰਨਾਲੇ, ਔਰ ਉਹ ਜ਼ਮਾਨੇ 'ਚ ਪੜ੍ਹੇ ਹਾਂ, ਹੁਣ ਕਹਿੰਦੇ ਆ ਸਾਨੂੰ ਸਮੱਗਰੀ ਨਹੀਂ ਮਿਲਦੀ, ਅਧਿਆਪਕ ਵੀ ਕਹਿੰਦੇ ਆ, ਔਰ ਜੋ ਸਾਡੇ ਸਕੂਲ ਤੱਪੜਾਂ 'ਤੇ ਕਲਾਸਾਂ ਲੱਗਦੀਆਂ ਸੀ ਕਈ ਵਾਰ ਉਹ ਬੜੀ ਸੀ ਹੁੰਦੇ, ਮੈਂ ਆਪਣੀ ਬੋਰੀ ਅਸੀਂ ਝੋਲੇ 'ਚ ਪਾ ਕੇ ਲੈ ਜਾਂਦੇ ਸੀ, ਅਤੇ ਵਧੀਆ ਪੜ੍ਹਾਉਂਦੇ ਸੀ ਟੀਚਰ, ਸਟੈਂਡਰਡ ਦਾ ਬੋਝ ਘੱਟ ਸੀ ਵਿਦਿਆਰਥੀਆਂ ਦੇ ਬੱਚਿਆਂ ਦੇ ਉੱਤੇ, ਆਪ ਵੀ ਕਦੇ ਕੁਐਸਚਨ ਨਹੀਂ ਰੱਖੀ। ਗੋਲਡ ਮੈਡਲ ਮੈਂ ਬੀ ਏ 'ਚੋਂ ਲਿਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ 'ਚੋਂ ਕੀਤੀ ਹੈ, ਮੇਰੀ ਸੈਕਿੰਡ ਪੁਜੀਸ਼ਨ ਸੀ, ਸਾਰੀ ਸਰਵਿਸ ਦੇ ਵਿੱਚ ਘੁਮਾ ਕੇ ਰੱਖਿਆ ਸਾਰਾ ਲਾ, ਕਿਤਾਬਾਂ ਵੀ ਲਿਖੀਆਂ ਲਾ, ਅੰਗਰੇਜ਼ੀ 'ਚ ਵੀ ਲਿਖੀਆਂ, ਪੰਜਾਬੀ 'ਚ ਵੀ ਲਿਖੀਆਂ।
ਕਿਉਂ ਪੰਜਾਬੀ 'ਚ ਮਾਤ ਭਾਸ਼ਾ 'ਚ ਪੜ੍ਹਿਆ? ਹੁਣ ਕਹਿੰਦੇ ਨਹੀਂ ਜੀ, ਹੁਣ ਜੇ ਸਰਕਾਰਾਂ ਕਹਿੰਦੀ ਅੰਗਰੇਜ਼ੀ ਲਾਵਾਂਗੇ, ਪਹਿਲੀ ਤੋਂ ਲਾ ਨਹੀਂ ਰਹੇ, ਤੁਹਾਨੂੰ ਵਿਗਾੜ ਰਹੇ ਤੁਹਾਡੇ ਬੱਚਿਆਂ ਨੂੰ, ਕੈਨੇਡਾ ਨੂੰ ਭੇਜਣ ਦੀਆਂ ਤਿਆਰੀਆਂ ਕਰਾਉਂਦੇ, ਕਿਉਂ? ਅੰਗਰੇਜ਼ੀ ਤੁਹਾਡਾ ਜਿਹੜਾ ਅੰਗਰੇਜ਼ੀ ਜੇ ਤੁਸੀਂ ਪੜ੍ਹ ਲਾ ਦਿਓਗੇ, ਜੇ ਕਿਸੇ ਮਜ਼ਦੂਰ ਦਾ, ਕਿਸੇ ਸੀਰੀ ਦਾ ਮੁੰਡਾ ਹੈ, ਚਲੋ ਜੱਟ ਦਾ ਵੀ ਕਿਸੇ ਦਾ ਮੁੰਡਾ, ਉਹਨੂੰ ਕਿੱਥੇ ਅੰਗਰੇਜ਼ੀ ਆਉਂਦੀ ਆ ਵੀ ਬੱਚੇ ਨੂੰ ਪੜ੍ਹਾ ਲਓ? ਮੈਂ 40 ਸਾਲ ਤਾਂ ਮੈਨੂੰ ਲਾ ਕਰਦੇ ਨੇ ਹੋ ਗਏ, ਮੈਂ ਆਪਦੇ ਪੋਤੇ ਨੂੰ ਅੰਗਰੇਜ਼ੀ ਨਹੀਂ ਪੜ੍ਹਾ ਸਕਦਾ, ਕਈ ਵਾਰ ਮੈਨੂੰ ਸਮਝ ਨਹੀਂ ਆਉਂਦੀ। ਤਾਂ ਕੀ ਕਰ ਰਹੇ ਹੈ ਗੌਰਮੈਂਟ? ਪਹਿਲੀ ਤੋਂ ਅੰਗਰੇਜ਼ੀ ਲਾ, ਅੰਗਰੇਜ਼ੀ ਦੇ ਖਿਲਾਫ ਨਹੀਂ ਆ, ਜ਼ਰੂਰੀ ਹੈ, ਪਰ ਕੌਣ ਕਹਿੰਦਾ ਵੀ 16 ਸਾਲ ਲੱਗਦੇ ਆ ਅੰਗਰੇਜ਼ੀ ਪੜ੍ਹਨ? ਅੰਗਰੇਜ਼ੀ ਦੇ 2 ਸਾਲਾਂ 'ਚ ਆ ਸਕਦੀ ਹੈ, ਕੰਮ ਚਲਾਉਣ ਲਈ 2 ਸਾਲ ਲੱਗਦੇ ਆ, ਪਰ ਨਹੀਂ, ਉੱਥੋਂ ਵੀ ਪੰਜਾਬੀ ਨੂੰ ਭਗੌੜਾ ਕਰ ਰਿਹਾ। ਇੱਕ ਕਾਨੂੰਨ ਵੀ ਬਣਾਤਾ ਸਰਕਾਰ ਨੇ ਵੀ 1 ਤਰੀਕ ਤੋਂ, 1 ਜਮਾਤ ਤੋਂ ਪੰਜਾਬੀ ਹੈ ਜਿਹੜੀ ਉਹ ਲਾਗੂ ਕਰਨੀ ਹੈ, ਪਰ ਲਾਗੂ ਨਹੀਂ ਕਰਦੇ, ਕਿਉਂਕਿ ਕਾਨੂੰਨ ਬਣਾ ਦਿਆ, ਜਦੋਂ ਤੁਸੀਂ ਲੋਕ ਇੱਥੇ ਪ੍ਰੈਸ਼ਰ ਪਾਉਂਦੇ ਹੋ ਉਦੋਂ ਕਾਨੂੰਨ ਬਣ ਜਾਂਦਾ, ਅਤੇ ਬਾਕੀ ਉਹ ਠੱਪ ਹੋ ਜਾਂਦਾ, ਕੰਮ ਆਇਆ ਗਿਆ ਹੋ ਜਾਂਦਾ। ਸਾਰੇ ਪਾਸਿਓਂ ਜਿਹੜੀ ਪੰਜਾਬੀ ਭਾਸ਼ਾ ਇੱਦਾਂ ਦੇ ਹੋਊਗੀ, ਸਰਕਾਰ 'ਚ ਉਹਦੀ ਨੌਕਰੀਆਂ ਮਿਲ ਗਈਆਂ, ਵਪਾਰ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਹੈ, ਵਕੀਲ ਹੈ, CA ਹੈ, ਡਾਕਟਰ ਹੈ, ਉਹਨਾਂ ਨੂੰ ਪੰਜਾਬੀ ਪੜ੍ਹਨੀ ਪਊਗੀ, ਤਾਂ ਪੰਜਾਬੀ ਜਿਹੜੀ ਹੈ ਤਰੱਕੀ ਕਰੂਗੀ, ਤਾਂ ਪੰਜਾਬੀ 'ਚ ਪਰਿਵਾਰ ਨੇ ਜਿਹੜੇ ਲੋਕ ਕਹਿਣਗੇ ਵੀ ਹਾਂ ਭਾਈ ਪੜ੍ਹ ਲਿਆ ਪੰਜਾਬੀ, ਹੋਰ ਨਹੀਂ ਤਾਂ ਪੰਜਾਬੀ ਜੀ ਪੜ੍ਹ ਕੇ ਤੈਨੂੰ ਵਕੀਲ ਵਧੀਆ ਬਣ ਜਾਏਗਾ, ਵਧੀਆ ਡਾਕਟਰ ਬਣ ਜਾਏਗਾ। ਇਹ ਇਸ ਕਰਕੇ ਪੰਜਾਬੀ ਹੈ ਜਿਹੜੀ ਉਹ ਜਾ ਰਹੀ ਹੈ, ਠੀਕ ਹੈ, ਧਰਮ 'ਚੋਂ ਨਹੀਂ ਜਾਏਗੀ, ਧਾਰਮਿਕ ਲੋਕ ਪੰਜਾਬੀ ਪੜ੍ਹਨਗੇ। ਸੰਸਕ੍ਰਿਤ ਹੈ, ਮੈਂ ਉਦਾਹਰਣ ਦਿੰਦਾ ਹੁੰਦਾ, ਸੰਸਕ੍ਰਿਤ ਕਿੰਨੇ ਕੁ ਲੋਕ ਪੜ੍ਹਦੇ ਆ ਸੰਸਕ੍ਰਿਤ? ਸੰਸਕ੍ਰਿਤ ਜਿਉਂਦੀ ਹੈ, ਉਹ ਵੀ ਤਾਂ ਜਿਉਂਦੀ ਹੈ, ਪੰਡਤਾਂ ਦੇ ਰੁਜ਼ਗਾਰ ਦਾ ਸਾਧਨ ਹੈ, ਪੰਡਤ ਲੁੱਟਦੇ ਹੈ ਸੰਸਕ੍ਰਿਤ। ਸਾਡੇ ਲੋਕਾਂ ਨੇ ਜਿਹੜੇ ਅਸੀਂ ਦੇਖਿਆ, ਜਿਹੜੇ ਬਾਣੀਆਂ ਦੇ ਵੱਡੇ ਵੱਡੇ ਸੇਠ ਹੁੰਦੇ ਆ, ਉਹ ਕਹਿਣਗੇ ਪੰਡਿਤ ਜੀ ਵਧੀਆ ਵਿਧੀ ਰਾਹੀਂ ਵਿਆਹ ਕਰਾ ਦਿਓ, ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਉਹਨਾਂ ਨੂੰ ਜਦੋਂ ਮੈਂ ਕਹਿੰਦੇ ਕਹਿੰਦਾ ਵਿਧੀ ਤਾਂ ਆਹੀ ਹੈ, ਇਹ ਕਹਿੰਦਾ ਸੂਰਜ ਦੇਵਤਾ ਆ ਜਾ, ਮੈਂ ਵਿਆਹ ਰੱਖਿਆ, ਫਿਰ ਕਹਿੰਦਾ ਪਵਨ ਦੇਵਤਾ ਤੂੰ ਆ ਜਾ ਪੰਜਾਬੀ ਜਹਾਰ, ਮੈਂ ਕਿਹਾ ਇਹ ਮੰਤਰਾਂ ਦਾ, ਫਿਰ ਤੁਹਾਡੇ ਵੀ ਇੱਦਾਂ ਹੀ ਰਹਿ ਜਾਣਗੇ, ਮਰਦੇ ਤਾਂ ਨਹੀਂ ਪੰਜਾਬੀ, ਨਾ ਸੰਸਕ੍ਰਿਤ ਮਰੀ ਹੈ, ਪਰ ਸੰਸਕ੍ਰਿਤ ਵਰਗੀ ਹਾਲਤ ਹੋ ਸਕਦੀ ਹੈ ਜੇ ਅਸੀਂ ਪੰਜਾਬੀ ਨੂੰ ਸਹੀ ਮਾਇਨਿਆਂ ਦੇ ਵਿੱਚ ਗਰਾਊਂਡ ਲੈਵਲ ਤੱਕ ਨਹੀਂ ਬਚਾ ਕੇ ਰੱਖਦੇ। ਇਹ ਸੰਦੇਸ਼ ਹੈ ਜਿਹੜਾ ਅਸੀਂ ਤਾਂ ਜ਼ੋਰ ਲਾ ਲਿਆ ਪੰਜਾਬ ਦੇ ਵਿੱਚ, ਹਰ ਲੇਖ ਸਭਾਵਾਂ 'ਚ ਜਗ੍ਹਾ 'ਚ ਕੀਤੀ ਹੈ, 20 ਬੰਦੇ ਆ ਪੰਜਾਬੀ ਦੇ ਜਿਹੜੇ ਹਰ ਥਾਂ ਛਾਏ ਹੋਏ ਆ, ਉਹ ਇਸ ਹੈ, ਜਿੰਨੀਆਂ ਸੰਸਥਾਵਾਂ ਨੇ, ਡਿਟੇਲ ਫਿਰ ਗੱਲਾਂ ਕਰਾਂਗੇ, ਉਹਨਾਂ ਦੇ ਉੱਤੇ ਉਹੀ ਕਾਬਜ ਹੈ, ਉਹਨਾਂ ਸਾਹਿਤਕਾਰ ਨੇ, ਨਾ ਉਹ ਭਾਸ਼ਾ ਵਿਗਿਆਨੀ ਹੈ। ਹੁਣੀ ਡਾਕਟਰ ਸਾਹਿਬ ਨੇ ਗੱਲ ਕਰੀ ਸੀ, ਮੈਨੂੰ ਪਹਿਲਾ ਮੌਕਾ ਮਿਲਿਆ, ਏਡੇ ਵੱਡੇ ਭਾਸ਼ਾ ਵਿਗਿਆਨੀ ਹੈ, ਕੈਨੇਡਾ ਆਉਣ ਦਾ ਪਹਿਲਾਂ ਮੇਰੇ ਮੌਕਾ ਮਿਲਿਆ, ਜਿਹੜੇ ਤੁਹਾਡੇ ਕੈਨੇਡਾ ਆ ਕੇ ਗਏ ਨੇ ਉਹ ਦੇਖ ਲਓ ਵੀ ਕਿਹੜੇ ਵਿਗਿਆਨੀ ਹੈ, ਵਕੀਲ ਆ ਨਾ ਸੂਤਾਂ ਦੇ ਆਧਾਰ 'ਤੇ ਗੱਲ ਕਰਦਾ ਮੈਂ, ਉਹ ਦੇਖ ਲਓ ਕਿਹੜੇ ਕਿਹੜੇ ਵਿਗਿਆਨੀ ਹੈ। ਜੇ ਤੁਹਾਨੂੰ ਮੈਂ ਕਦੇ ਇਕੱਲੇ ਇਕੱਲੇ ਕਦੇ ਘਰਾਂ 'ਚ ਆਪਾਂ ਬੈਠਾਂਗੇ, 20 ਮਹੀਨਾ ਇਸ ਲਈ ਲੈ ਕੇ ਆਇਆ, ਖੁੱਲ੍ਹੇ ਛੁੱਟੀ ਲੈ ਕੇ ਆਇਆ ਕਰੋ, ਵੀ ਐਂ ਨਹੀਂ ਲੋਕ ਦੋਨ ਕਾਨਫਰੰਸਾਂ ਨਾਲ ਗੱਲ ਨਹੀਂ ਹੁੰਦੀ, ਉਹਦੀ ਆਪਾਂ ਘੜੀ ਦਿਖਾਉਣ ਲੱਗ ਜਾਂਦੇ, ਆਪਾਂ ਨੂੰ ਰੇਡੀਓ ਵਾਲੇ, TV ਵਾਲੇ, 20 ਮਿੰਟ ਹੋ ਗਏ, 22 ਮਿੰਟ ਹੋ ਗਏ, ਕੋਈ ਅਸੀਂ 24 ਘੰਟੇ ਦੇ ਜਹਾਜ਼ 'ਚ ਮਰੀ ਜਾਂਦੇ, ਤੁਸੀਂ ਕਹਿੰਦੇ ਸਹੀ ਗੱਲ ਕਹਿਣਾ, ਫਿਰ ਲੱਤਾਂ ਟੁੱਟੀਆਂ ਵੀ ਆ, ਨੈਕ ਚਾੜਿਆ ਵਿਆ, ਗੋਡਿਆਂ ਦੇ ਅੱਡ ਚੜਿਆ, ਬੈਲਟ ਲਾਈ ਹੋਈ ਹੈ, ਤੁਸੀਂ ਕਹਿਣਾ 20 ਮਿੰਟ ਖੁੱਲ੍ਹ ਕੇ ਗੱਲ ਕਰੀਏ, ਮੈਂ 20 ਮਹੀਨਾ ਗਿਆ ਸੀ, ਕੋਈ ਕੰਮ ਨਹੀਂ ਕਰਨਾ, ਹੋਰ ਮੈਂ ਘੱਟੋ ਘੱਟ ਮੈਂ ਮਿਲਣਾ ਸਿੱਖੋ ਸਾਹਮਣੇ, ਅਸੀਂ ਤੁਰਨਾ ਨੇ ਸਿਰਫ ਪੰਜਾਬੀ ਦੀਆਂ ਗੱਲਾਂ ਕਰਨੀਆਂ, ਤੁਹਾਨੂੰ ਦੱਸਣਾ, ਫਿਰ ਤੁਸੀਂ ਸਾਨੂੰ ਦੱਸਿਓ ਵੀ ਕਿੱਥੇ ਅਸੀਂ ਗਲਤ ਹਾਂ, ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਸਾਡੇ ਤਾਂ ਉੱਥੇ ਜਿਹੜੇ ਵਿਦਵਾਨ ਨੇ, ਭਾਸ਼ਾ ਵਿਗਿਆਨੀ ਨੇ, ਇਹਨਾਂ ਨੂੰ ਛੱਡੀ, ਆਪਾਂ ਇਹਨਾਂ ਦੀ ਗੱਲ ਨਹੀਂ ਮੰਨਦਾ, ਪਰ ਸਾਰੇ ਨਹੀਂ ਹੁੰਦੇ, ਹੁੰਦੇ ਨੇ, ਮੈਂ ਉਹੀ ਕਹਿੰਦਾ, ਕੋਈ ਯੂਨੀਵਰਸਿਟੀ 'ਚ ਪੰਜਾਬੀ ਵੱਲ ਧਿਆਨ ਨਹੀਂ ਹੈ, ਜਿਹੜੀਆਂ ਸੰਸਥਾਵਾਂ ਨੇ ਸਾਡੀਆਂ, ਸਣੇ ਪੰਜਾਬੀ ਭਵਨ ਲੁਧਿਆਣਾ, ਉਹ ਮੇਰੀ ਉਹਨਾਂ ਨਾਲ ਟੱਕਰ ਆ, ਕਹਿੰਦੇ ਤੁਸੀਂ ਬਦਨਾਮ ਕਰਦੇ ਹੋ ਸਾਨੂੰ, ਮੁੜ ਕੇ ਉੱਥੇ ਕੋਈ ਬਣ ਨਹੀਂ ਦਿੰਦਾ, ਮੈਂ ਕਹਿੰਦਾ ਕੰਮ ਘੱਗਣਾ, ਉਹ
ਮੇਰੀ ਇੱਕ ਇੰਟਰਵਿਊ ਇੱਕ ਮਹੀਨੇ ਇੱਕ ਘੰਟੇ ਦੀ, ਇੱਕ ਘੰਟਾ ਚਾਰ ਮਿੰਟ ਦੀ ਯੂਟਿਊਬ 'ਤੇ ਪਾਈ ਹੋਈ। ਮੈਂ ਸਵਾਲ ਪੁੱਛੇ ਸੀ ਇਹਨਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ, ਮੇਰੇ ਸਵਾਲਾਂ ਦੇ ਜਵਾਬ ਦੇ ਕੇ ਇਲੈਕਸ਼ਨ ਲੜੇ, ਉਹ ਕਿਸੇ ਅਹੁਦੇਦਾਰ ਦੀ ਜ਼ਰੂਰਤ ਨਹੀਂ ਪਈ ਮੇਰੇ ਸਵਾਲਾਂ ਦਾ ਜਵਾਬ ਦੇ। ਹੁਣ ਇੱਕ ਇੱਕ ਐਗਜ਼ਾਮਪਲ ਦੇ ਕੇ ਇਹਦਾ ਵੀ ਗੱਲ ਖਤਮ ਕਰਦੇ ਹਾਂ। ਪੰਜਾਬੀ ਅਕੈਡਮੀ ਲੁਧਿਆਣਾ 55 ਸਾਲ ਪਹਿਲਾਂ ਬਣੀ, ਪ੍ਰੋਫੈਸਰ ਪ੍ਰੀਤਮ ਸਿੰਘ ਵਰਗੇ, ਐਮ ਐਸ ਰੰਧਾਵੇ ਵਰਗੇ ਵੱਡੇ ਵੱਡੇ ਲੋਕਾਂ ਨੇ ਬਣਾਈ। ਹੁਣ ਉਹ ਬਿਲਕੁਲ ਅਨਪੜ੍ਹ ਲੋਕਾਂ ਦੇ ਹੱਥ 'ਚ ਆਈ ਹੋਈ ਹੈ, ਜਿਹੜੇ ਐਸ਼ਾਂ ਕਰਦੇ ਹੈ ਔਰ ਉਹ ਪੈਸੇ ਨੂੰ ਬਰਬਾਦ ਕਰ ਰਹੇ ਹੈ। ਹੁਣ ਜਿਹੜੀ ਉੱਥੇ ਲਾਇਬ੍ਰੇਰੀ ਬਣਾਈ ਹੈ ਉੱਪਰ 25 ਲੱਖ ਰੁਪਇਆ ਖਰਚ ਕੇ, ਆਪਣੇ ਮਨੋਹਰ ਸਿੰਘ ਗਿੱਲ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਸੀ ਉਹਨਾਂ ਨੇ ਕਿਹਾ ਵੀ ਸ਼ਾਇਦ ਪੰਜਾਬੀ 'ਚ ਵਧੀਆ ਕੰਮ ਹੁੰਦਾ ਹੋਵੇ, ਉਹਨਾਂ ਨੇ ਦਿਆ ਕੀਤੀ। ਫਿਰ ਇੱਕ ਸਿੱਖ ਨੇ ਦਿਆ ਕੀਤੀ, 25 ਲੱਖ ਰੁਪਇਆ ਉਹਨੂੰ ਦੇ ਗਏ। ਐਸ ਜੀ ਪੀ ਸੀ ਕਈ ਵਾਰ 5-5 ਲੱਖ ਦੀ ਗ੍ਰਾਂਟ ਦਿੰਦੀ ਹੈ ਵੀ ਤੁਸੀਂ ਪੰਜਾਬੀ ਦੀ ਤਰੱਕੀ ਕਰੋ। ਉਹ ਜਿਹੜੀ ਬਿਲਡਿੰਗ ਬਣਾਈ ਹੈ ਉਹਦਾ ਨਾਂ ਰੱਖਿਆ ਸਾਹਿਰ ਲੁਧਿਆਣਾ ਦੀ ਯਾਦਗਾਰੀ ਲਾਇਬ੍ਰੇਰੀ, ਸਾਹਿਰ ਲੁਧਿਆਣਾ ਦੀ ਲੁਧਿਆਣੇ ਦਾ ਠੀਕ ਹੈ, ਅਸੀਂ ਇੱਜ਼ਤ ਕਰਦੇ ਹਾਂ, ਪਰ ਉਹਨੇ ਇੱਕ ਵੀ ਲਾਈਨ ਪੰਜਾਬੀ 'ਚ ਨਹੀਂ ਲਿਖੀ। ਇਹ ਕਹਿੰਦੇ ਜੀ ਵੱਡਾ ਸ਼ਾਇਰ ਹੈ, ਮੈਂ ਕਿਹਾ ਵੱਡਾ ਸ਼ਾਇਰ ਹੈਗਾ ਜਿਹੜਾ ਸ਼ਾਇਰ ਇਹ ਨਹੀਂ ਸੋਚਦਾ ਵੀ ਮੈਂ ਪੰਜਾਬੀ 'ਚ ਵੀ ਕੁਛ ਲਿਖਣਾ। ਚਲੋ ਕੁਛ ਤਾਂ ਲਿਖ ਲਏ, ਮੈਂ ਅੰਗਰੇਜ਼ੀ 'ਚ ਵੀ ਕਿਤਾਬਾਂ ਲਿਖੀਆਂ ਪਰ ਵੱਧ ਪੰਜਾਬੀ 'ਚ ਲਿਖੀ ਹੈ। ਕਦੇ ਤਾਂ ਕੋਈ ਲਿਖਦਾ ਇੱਕ ਕੱਪ 'ਤੇ ਹੀ ਲਿਖਦਾ, ਜਿਹੜਾ ਨਿਰਾਦਰ ਕਰ ਰਿਹਾ ਆਪਣੀ ਮਾਂ ਬੋਲੀ ਦੀ, ਤੁਸੀਂ ਉਹਨੂੰ ਉਹ ਮੁਸਲਮਾਨ ਐਡਾ ਵੱਡਾ ਦਾਇਰਾ। ਹੁਣ ਜਦੋਂ ਕਿ ਸੰਵਿਧਾਨ ਤੁਸੀਂ ਇੱਥੇ ਮੇਰੇ ਕੋਲ ਹੈਗਾ ਜਿਹੜੀ ਪੰਜਾਬੀ ਸਾਹਿਤ ਅਕੈਡਮੀ ਦਾ ਸੰਵਿਧਾਨ, ਉਹਦਾ ਪਹਿਲਾਂ ਹੀ ਲਿਖਿਆ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ। ਜਿਹੜਾ ਪੰਜਾਬੀ ਨਹੀਂ ਜਾਣਦਾ ਮੈਂਬਰ ਨਹੀਂ ਬਣ ਸਕਦਾ, ਲਾਇਬ੍ਰੇਰੀ ਦਾ ਨਾਂ ਰੱਖੀ ਜਾਂਦੇ ਫਿਰ ਬਾਹਰੋਂ ਪੈਸੇ ਇਕੱਠੇ ਕਰ ਲੈਣ। ਇਹ ਹਾਲ ਸਾਡੀਆਂ ਸੰਸਥਾਵਾਂ ਦਾ, ਇਹ ਕੁਛ ਹੋ ਰਿਹਾ ਕਿ ਸਾਡੇ ਦਾ ਬੰਦੇ ਗਏ ਉਹਦਾ ਟੂਰ ਕਰਦੇ ਆ, ਜਿਹੜਾ ਸਾਹਿਤ ਅਕੈਡਮੀ ਦਿੱਲੀ ਹੈ ਵੱਡੀਆਂ ਗੱਲਾਂ ਲੈ ਕੇ ਆ, ਮੈਂ ਸਬੂਤ ਲੈ ਗਿਆ ਵਕੀਲ ਕਾਮਯਾਬ ਨਹੀਂ ਹੁੰਦਾ ਇਹਦੇ ਕੋਲ ਸਬੂਤ ਨਹੀਂ ਹੁੰਦੇ। ਉਹ ਕੀ ਕਰਦੇ ਆ ਅਨੁਵਾਦ, ਜਿੰਨਾ ਚਿਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਅਨੁਵਾਦ ਨਹੀਂ ਹੁੰਦਾ, ਜਿੰਨਾ ਚਿਰ ਜਪਜੀ ਸਾਹਿਬ ਅਨੁਵਾਦ ਨਹੀਂ ਹੁੰਦੀ, ਸਾਰੀਆਂ ਭਾਸ਼ਾਵਾਂ 'ਚ ਇਹਦੀ ਉਨੀ ਗੱਲ ਨਹੀਂ ਪਹੁੰਚਦੀ। ਡਾਕਟਰ ਸਾਹਿਬ ਕਿੰਨੇ ਕੁ ਸ਼ਬਦਾਂ ਦੇ ਅਰਥ ਸੁਝਾ ਦੇਣਗੇ ਜਪਜੀ ਸਾਹਿਬ ਦੇ। ਕਈਆਂ ਲੋਕਾਂ ਨੇ ਵਿਦਵਾਨਾਂ ਨੇ ਕੰਮ ਕੀਤਾ, ਹੁਣ ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਇਹਦੇ ਟੈਕਨੀਕਲ ਅਨੁਵਾਦ ਬਣਿਆ ਨੇ ਕੰਪਿਊਟਰ 'ਚ ਆਏ ਨੇ, ਉਹ ਇੱਥੋਂ ਬੈਠੇ ਲੋਕਾਂ ਨੇ ਕੀਤੇ ਆ, ਸਾਡੇ ਲੋਕਾਂ ਦਾ ਪਤਾ ਹੀ ਨਹੀਂ। ਅਸ਼ਿੰਦਰਪਾਲ ਗਿਆ ਸੀ, ਸੇਖੋ ਸਾਹਿਬ ਹਾਜ਼ਰ ਸੀ ਜਿਹੜਾ ਸਾਹਿਤ ਅਕੈਡਮੀ ਦਾ ਪ੍ਰਧਾਨ ਆ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਜਿਹੜਾ ਇੰਨਾ ਵਿਕਾਸ ਹੋ ਗਿਆ ਕੀਬੋਰਡ ਦਾ ਜਾਂ ਇਹਦਾ ਟੈਕਨੋਲੋਜੀ ਦਾ। ਇਹ ਹਾਲਤ ਹੈ ਤੁਹਾਡੀ ਪੰਜਾਬੀ ਮਾਂ ਬੋਲੀ ਦਾ, ਵੀ ਤੁਹਾਡਾ ਕੀਬੋਰਡ ਹੈ ਨਹੀਂ ਹਜੇ ਪੰਜਾਬੀ 'ਚ। ਸ਼ਰਮਨਾਕ ਗੱਲ ਹੈ ਸਾਡੇ ਲਈ ਪੰਜਾਬੀਆਂ ਲਈ, ਮੈਂ ਦਿਲ ਚਾਹੁੰਦਾ ਵੀ ਸਾਡਾ ਕੀਬੋਰਡ ਨਹੀਂ ਹੈ। ਤੁਸੀਂ ਅਰਬੀ ਦਾ, ਫਰਾਂਸਿਸ, ਫਾਰਸੀ ਦਾ ਕਿਸੇ ਦਾ ਜਾ ਕੇ ਦੇ ਲਓ, ਇੱਥੇ ਬੈਠੇ ਹੋ ਪੁੱਛ ਲਿਓ ਕਿਸੇ ਨੂੰ ਵੀ ਅਰਬੀ ਦਾ ਹੈਗਾ ਬਾਈ। ਹਰ ਭਾਸ਼ਾ ਦਾ ਕੀਬੋਰਡ ਹੈ, ਤਾਮਿਲ ਵਾਲਿਆਂ ਦਾ ਕੀਬੋਰਡ ਹੈ, ਕੰਨੜ ਵਾਲਿਆਂ ਦਾ ਕੀਬੋਰਡ ਹੈ, ਇੱਕ ਪੰਜਾਬੀ 10 ਕਰੋੜ ਦੀ ਭਾਸ਼ਾ ਦੇ ਜਿਹੜੇ ਆਹ ਬੈਠੇ ਹਾਂ ਅਸੀਂ, ਸਾਡਾ ਪੰਜਾਬੀ ਦਾ ਕੀਬੋਰਡ ਨਹੀਂ, ਇਹਦੇ ਬਾਰੇ ਕਦੇ ਕੁਛ ਸੋਚਦਾ ਨਹੀਂ। ਅਫਸੋਸ ਗਾਹ ਇਹ ਹੈ। ਹੁਣ ਇੱਥੋਂ ਦਾ ਅਸੀਂ ਤਾਂ ਇਹੀ ਕਰਨ ਆਇਆ ਵੀ ਸਾਡੇ ਹੱਥ ਖੜੇ ਹੈ। ਬਸ ਇੱਕ ਗੱਲ ਹੋਰ ਇੱਕ ਮਿੰਟ ਦੀ, ਪੰਜਾਬ ਦੇ ਵਿੱਚ ਤਾਂ ਸਾਰੇ ਜਿਹੜੇ ਸਾਡੇ ਵਿਕੇ ਹੋਏ ਆ ਸਾਡੇ ਲੇਖਕ ਉਹ ਇੱਥੇ ਆਉਂਦੇ ਆ, ਇਹਦਾ ਸਰਕਾਰੀ ਖਰਚਿਆਂ 'ਤੇ। ਸਾਹਿਤ ਅਕੈਡਮੀ ਜਿਹੜੀ ਸੈਂਟਰ ਦੀ ਹੈ ਉਹਨਾਂ ਨੇ 4 ਸੈਮੀਨਾਰ ਪਿਛਲੇ ਸਾਲਾਂ 'ਚ ਕੀਤੇ ਆ, ਇੱਕ ਸ਼ਿਲੌਂਗ, ਇੱਕ ਸ੍ਰੀਨਗਰ ਅਤੇ ਇੱਕ ਗੋਆ। ਐਸ਼ਾਂ ਕਰਨ ਜਾਂਦੇ ਆ, ਜਹਾਜ਼ਾਂ ਜਾਂਦੇ ਆ, ਕੋਈ ਪੰਜਾਬੀ ਦੀ ਸੇਵਾ ਨਹੀਂ ਕਰਦਾ। ਆਹ ਮਿੱਤਰ ਪੈਰੇ 4-5 ਲੱਗੇ ਹੋਏ ਆ, ਅਸੀਂ ਇੱਥੇ ਆਏ ਹਾਂ ਤੁਹਾਡੇ ਕੋਲੋਂ ਭਿੱਖਿਆ ਮੰਗਣਾ ਆ ਵੀ ਇੱਥੇ ਪੰਜਾਬੀ ਨੂੰ ਬਚਾਓ, ਤੁਸੀਂ ਬਚਾ ਸਕਦੇ ਹੋ, ਇਹ ਧਰਤੀ ਹੈ ਜਿਹੜੀ,
ਇੱਥੋਂ ਲਹਿਰਾਂ ਉੱਠੀਆਂ ਆਜ਼ਾਦੀ ਦੀਆਂ, ਇਹ ਪੰਜਾਬੀ ਦੀ ਵੀ ਆਜ਼ਾਦੀ ਦੀ ਲੋੜ ਹੈ, ਇਹਦੀ ਜ਼ਰੂਰ ਜਿਹੜੀ ਹੈਗੀ ਹੈ ਤੁਹਾਡੇ ਕੋਲੋਂ ਸਾਡੀ ਮੰਗ ਹੈ। ਧੰਨਵਾਦ। ਵਾਹ, ਕੋਈ ਸਵਾਲ ਹੈ ਤਾਂ ਮੈਂ